ਜਸ ਗੱਲਬਾਤ ਦੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ। ਸਾਰਿਆਂ ਨੂੰ ਅਰਵਿੰਦ ਕੌਰ ਦੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਥੈਂਕ ਯੂ ਫੋਰ ਜੋਇਨਿੰਗ ਮੀ। ਬਹੁਤ ਸਾਰੀਆਂ ਗੱਲਾਂ ਕਰਨ ਵਾਲੀਆਂ ਨੇ, ਬਹੁਤ ਸਾਰੀਆਂ ਈਮੇਲਸ ਆਈਆਂ ਹੋਈਆਂ, ਸੋ ਥੈਂਕ ਯੂ ਸੋ ਮੱਚ। ਵਾਰੀ ਵਾਰੀ ਯੂ ਨੋ ਸਾਰਿਆਂ ਦੀ ਗੱਲ ਇੱਥੇ ਕਰਾਂਗੇ। ਐਂਡ ਨਵਾਂ ਇੱਕ ਸਰਜ ਹੈਗਾ ਯੰਗਰ ਈਮੇਲਸ ਦੇ ਆਉਣ ਦਾ, ਸੋ ਪ੍ਰੋਬਬਲੀ ਯੰਗਰ ਕਰਾਊਡ ਕੋਈ ਘਰ ਬੈਠੇ ਹੈ ਜਾਂ ਯੂ ਨੋ ਆਈ ਡੋਂਟ ਨੋ, ਜਾਂ ਫਿਰ ਪੇਰੈਂਟਸ ਉਹਨਾਂ ਨੂੰ ਦੱਸ ਰਹੇ ਨੇ ਕਿ ਗੱਲਬਾਤ ਦੇ ਉੱਤੇ ਇਸ ਤਰ੍ਹਾਂ ਯੂ ਨੋ ਸਵਾਲ ਪੁੱਛਿਆ ਜਾ ਸਕਦਾ ਹੈ। ਬਟ ਹੈਵਿੰਗ ਸੈਡ ਦੈਟ, ਬੜੀਆਂ ਸਾਰੀਆਂ ਚੀਜ਼ਾਂ ਜਿਹੜੀਆਂ ਕਿ ਅਸੀਂ ਤੁਹਾਡੇ ਨਾਲ ਡਿਸਕਸ ਕਰਾਂਗੇ, ਤੁਹਾਨੂੰ ਪੁੱਛਾਂਗੇ ਅੱਜ ਦੇ ਵਾਸਤੇ ਵੀ। ਇੱਕ ਯੰਗ ਕਪਲ ਹੈ ਔਰ ਜਿਹੜੀ ਲੇਡੀ ਸਾਨੂੰ ਗੱਲ ਕਰ ਰਹੀ ਹੈ ਉਹ ਕਹਿੰਦੇ ਨੇ ਕਿ 10 ਸਾਲ ਹੋ ਗਏ ਉਹਨਾਂ ਦੇ ਵਿਆਹ ਨੂੰ। ਬੜੀ ਯੰਗ ਏਜ ਵਿੱਚ ਯੂ ਨੋ ਸ਼ੀ ਵਾਜ਼ ਡੂਇੰਗ ਜੋਬ ਐਵਰੀਥਿੰਗ, ਇੰਡੀਆ ਤੋਂ ਹਸਬੈਂਡ ਵਿਆਹ ਕਰਕੇ ਇੱਥੇ ਲੈ ਕੇ ਆਏ। ਸ਼ੀ ਸੇਇੰਗ ਕਿ ਸਿੰਪਲ ਜੋਬ ਸੀ ਮੇਰੀ, ਹਸਬੈਂਡ ਪੜ੍ਹਨ ਲੱਗ ਗਏ ਇੱਥੇ ਆ ਕੇ, ਕੁਛ ਅਪਡੇਟ ਕਰ ਰਹੇ ਸੀ ਆਪਣੀ ਐਜੂਕੇਸ਼ਨ, ਐਂਡ 6 ਸਾਲ ਦੀ ਹੁਣ ਕੁੜੀ ਵੀ ਹੈ। ਸੋ ਕਹਿੰਦੀ ਬਹੁਤ ਸੋਹਣੇ ਦਿਨ ਸੀ, ਹੁਣ ਵੀ ਅੱਛੇ ਨੇ ਬਟ ਉਹ ਕੁਝ ਜ਼ਿਆਦਾ ਹੀ ਅੱਛੇ ਸੀ। ਬਹੁਤ ਲਿਮਿਟਿਡ ਅਮਾਊਂਟ ਸਾਡੇ ਕੋਲ ਸੀਗੀ, ਸਿਰਫ ਮੈਂ ਹੀ ਜੋਬ ਕਰ ਰਹੀ ਸੀ ਔਰ ਯੂ ਨੋ ਇੱਕ ਬੌਂਡ ਸੀ ਬਹੁਤ ਅੱਛਾ ਬਣਿਆ, ਜੋ ਕਿ ਮੈਂ ਬਹੁਤ ਗ੍ਰੇਟਫੁਲ ਹਾਂ ਕਿ ਯੂ ਨੋ ਵਿਆਹ ਦੇ ਸ਼ੁਰੂਆਤ ਵਿੱਚ ਅਸੀਂ ਦੋਨੋਂ ਕਾਫੀ ਟਾਈਮ ਅਸੀਂ ਸਪੈਂਡ ਕੀਤਾ ਇਕੱਠੇ, ਬਿਕੋਜ਼ ਹੀ ਵਾਜ਼ ਐਟ ਹੋਮ ਐਂਡ ਇਹਨਾਂ ਦੀ ਸਿੰਪਲ ਜੀ ਜੋਬ ਸੀ। ਹੁਣ ਕਹਿੰਦੇ ਨੇ ਕਿ ਬਹੁਤ ਅੱਛੀ ਜੋਬ ਹੈ ਹਸਬੈਂਡ ਕੋਲ, ਬਟ ਇਹਨਾਂ ਦੀ ਕੰਪਲੇਨ ਕੀ ਹੈ ਕਿ ਹਸਬੈਂਡ ਬਹੁਤ ਕੰਮ ਕਰਦੇ ਨੇ, ਬਹੁਤ ਕੰਮ ਕਰਦੇ ਨੇ, ਬਹੁਤ ਸਟ੍ਰੈਸ ਲੈਂਦੇ ਨੇ ਔਰ ਬਹੁਤ ਜ਼ਿਆਦਾ ਐਂਬੀਸ਼ੀਅਸ ਨੇ। ਕਹਿੰਦੇ ਨੇ ਕਿ ਮੈਨੂੰ ਬੜੀ ਵਾਰੀ ਮੈਂ ਯਾਦ ਕਰਾਉਂਦੀ ਹਾਂ ਕਿ ਸਾਡੇ ਕੋਲ ਇੰਨਾ ਜਿਹਾ ਸੀ ਤਾਂ ਵੀ ਅਸੀਂ ਬੜਾ ਅੱਛਾ ਗੁਜ਼ਾਰਾ ਕਰ ਰਹੇ ਸੀ, ਥੋੜ੍ਹਾ ਖਾਂਦੇ ਸੀ, ਥੋੜ੍ਹਾ ਖਰਚ ਕਰਦੇ ਸੀ, ਪਰ ਅਸੀਂ ਆਪਸ ਵਿੱਚ ਬਹੁਤ ਵਧੀਆ ਸੀ। ਹੁਣ ਇੰਨਾ ਹੋਣ ਦੇ ਬਾਵਜੂਦ ਹੀ ਇਜ਼ ਸੋ ਐਂਬੀਸ਼ੀਅਸ ਐਂਡ ਹੀ ਇਜ਼ ਮੋਸਟਲੀ ਸਟ੍ਰੈਸਡ ਅਬਾਊਟ ਵਰਕ, ਕਿ ਮੈਂ ਅੱਜ ਕੱਲ੍ਹ ਜੋਬ ਨਹੀਂ ਕਰਦੀ, ਬੱਚੀ ਛੋਟੀ ਹੈ ਐਂਡ ਔਰ ਜ਼ਰੂਰਤ ਵੀ ਉਹ ਨਹੀਂ ਹੈ, ਬਟ ਦ ਥਿੰਗ ਇਜ਼ ਕਿ ਇੰਨਾ ਸਟ੍ਰੈਸ ਲੈਂਦੇ ਹਾਂ ਕਿ ਜੇ ਜੋਬ ਚਲੇਗੀ ਓਵਰ ਟਾਈਮ ਕੰਮ ਕਰਦੇ ਹੈ, ਜਦੋਂ ਲੋੜ ਨਹੀਂ ਹੋਏ ਹੀ ਆਲਵੇਜ਼ ਆਪਟ ਕਿ ਮੈਂ ਕਰ ਦਿੰਦਾ ਓਵਰ ਟਾਈਮ, ਸੋ ਲੇਟ ਤੱਕ ਕੰਮ ਕਰਦੇ ਹੈ, ਵੀਕਐਂਡ ਸਿਰਫ, ਮਤਲਬ ਸਾਡਾ ਰਿਸ਼ਤਾ ਜਿਹੜਾ ਸਿਰਫ ਵੀਕਐਂਡ ਦਾ ਰਹਿ ਗਿਆ। ਹਾਲਾਂਕਿ ਦੇ ਆਰ ਕੁਆਇਟ ਯੰਗ ਬੋਥ ਆਫ ਦੈਮ ਐਂਡ ਦੇ ਸੇਇੰਗ ਕਿ ਸ਼ੀ ਸੇਇੰਗ ਕਿ ਬਸ ਉਹ ਪੂਰੇ ਹਫ਼ਤੇ ਕਹਿੰਦੇ ਮੈਨੂੰ ਬੁਲਾਓ ਵੀ ਨਾ, ਅਤੇ ਮੈਂ ਅਤੇ ਮੇਰੀ ਬੇਟੀ ਉਹਨੂੰ ਮਿਸ ਕਰਦੇ ਹਾਂ, ਇੰਜ ਲੱਗਦਾ ਕਿ ਪੂਰੇ ਹਫ਼ਤੇ ਦੇ ਵਿੱਚ ਨਾ ਉਹ ਸਾਡੇ ਨਾਲ ਹੁੰਦੇ ਹੀ ਨਹੀਂ। ਸੋ ਐਂਬੀਸ਼ੀਅਸ ਇੰਨੇ ਹੈ ਕਿ ਨਾਲ ਨਾਲ ਇੰਨਾ ਕੰਮ ਕਰਨ ਦੇ ਬਾਵਜੂਦ ਹੀ ਇਜ਼ ਲਾਈਕ ਕਿ ਮੈਂ ਹੋਰ ਪੜ੍ਹਾਈ ਕਰਨੀ ਹੈ, ਸੋ ਕੁਛ ਹੋਰ ਜੁਆਇਨ ਕਰ ਲੈਂਦੇ ਹੈ ਔਰ ਹੁਣ ਵੀ ਕੀਤਾ ਹੋਇਆ ਐਂਡ ਮੋਸਟਲੀ ਮੈਂ ਬਹੁਤ ਉਹਨਾਂ ਨੂੰ ਕਿਹਾ ਕਿ ਸਾਨੂੰ ਤਸੱਲੀ ਹੈ, ਸਾਨੂੰ ਹੋਰ ਨਹੀਂ ਚਾਹੀਦਾ, ਬਟ ਉਹ ਕਹਿੰਦੇ ਨਹੀਂ ਮੈਂ ਪ੍ਰੂਵ ਕਰਕੇ ਦਿਖਾਉਣਾ ਹੈ ਦੁਨੀਆ ਨੂੰ ਕਿ ਮੈਂ ਕੀ ਕੁਛ ਕਰ ਸਕਦਾ। ਸੋ ਆਈ ਵਾਂਟ ਟੂ ਪ੍ਰੂਵ ਮਾਈ ਸੈਲਫ ਟੂ ਦਾ ਐਕਸਟੈਂਡਡ ਫੈਮਲੀ, ਫੈਮਲੀ ਦੇ ਸਾਰੇ ਦੂਰ ਪਾਰ ਦੀ ਗੱਲ ਕਰਦੇ ਹੈ ਕਿ ਮੈਂ ਨਾ ਦਿਖਾਉਣਾ ਹੈ ਉਹਨਾਂ ਨੂੰ ਉਹਨਾਂ ਨੇ ਕਿਸ ਤਰ੍ਹਾਂ ਸੋਚਿਆ ਸਾਨੂੰ ਕਿ ਸਾਡੇ ਕੋਲ ਕੁਛ ਨਹੀਂ ਹੈ, ਅਸੀਂ ਬੜੇ ਇੰਜ ਹੈਗੇ ਹਾਂ, ਜਦੋਂ ਅਸੀਂ ਛੋਟੇ ਸੀ ਇੰਜ ਹੁੰਦਾ ਸੀਗਾ, ਉਹ ਸਾਨੂੰ ਇਹ ਪ੍ਰੂਵ ਕਰਦੇ ਸੀਗੇ ਕਿ ਬਈ ਨਾ ਤੁਸੀਂ ਤਾਂ ਬੜੇ ਗਰੀਬ ਹੋ ਅਤੇ ਅੱਜ ਮੈਂ ਉਹਨਾਂ ਨੂੰ ਇਹ ਚੀਜ਼ ਕਰਕੇ ਦਿਖਾਉਣੀ ਹੈ। ਸੋ ਕਹਿੰਦੇ ਨੇ ਕਿ ਇਹ ਕਹਿ ਰਹੇ ਹੈ ਕਿ ਮੈਨੂੰ ਨਹੀਂ ਪਤਾ ਕਿ ਇਹ ਹੋਰਾਂ ਨੂੰ ਪ੍ਰੂਵ ਕਰਦੇ ਕਰਦੇ ਇਹ ਜਿਹੜਾ ਸਾਡਾ ਬੌਂਡ ਹੈ ਉਹ ਗਵਾ ਰਹੇ ਹੈ। ਸੋ ਆਈ ਐਮ ਰੀਅਲੀ ਸਟ੍ਰੈਸਡ ਅਬਾਊਟ ਕਿ ਹੀ ਇਜ਼ ਵੈਰੀ ਸਟ੍ਰੈਸਡ ਐਂਡ ਯੂਜਲੀ ਸ਼ੀ ਸੇਜ਼ ਕਿ ਵੋਟੀਆਂ ਪਿੱਛੇ ਪੈਂਦੀਆਂ ਐਂਡ ਵੀ ਐਗਰੀ, ਵੋਟੀਆਂ ਪਿੱਛੇ ਪੈਂਦੀਆਂ ਵੀ ਹੋਰ ਕਮਾਓ, ਦੁਨੀਆ ਇਹ ਲੈ ਕੇ ਆ ਰਹੀ ਹੈ, ਦੁਨੀਆ ਹੋਰ ਕਮਾ ਰਹੀ ਹੈ, ਤੁਸੀਂ ਵੀ ਹੋਰ ਮਿਹਨਤ ਕਰੋ। ਬਟ ਇੱਥੇ ਉਹ ਕਹਿੰਦੀ ਕਿ ਮੈਂ ਹਮੇਸ਼ਾ ਹੀ ਯਾਦ ਕਰਾਉਂਦੀ ਹਾਂ ਕਿ ਸਾਡੇ ਕੋਲ ਬਹੁਤ ਹੈ, ਬਟ ਵੀ ਨੀਡ ਟਾਈਮ ਵਿਦ ਈਚ ਅਦਰ ਐਂਡ ਸਾਨੂੰ ਇਹ ਮਨਜ਼ੂਰ ਨਹੀਂ ਕਿ ਪੂਰਾ ਹਫ਼ਤਾ ਅਸੀਂ ਤੁਹਾਨੂੰ ਬਿਲਕੁਲ ਇੱਕ ਪਾਰਟੀਸਪੇਟਿੰਗ ਮੈਂਬਰ ਵਾਕਣ ਦੇਖੇ ਵੀ ਨਾ ਔਰ ਸਿਰਫ ਵੀਕਐਂਡ ਹੋਏਗਾ ਕਿ ਹਾਂਜੀ ਹਾਂਜੀ ਦੱਸੋ ਹੁਣ ਕੀ ਪ੍ਰੋਬਲਮ ਹੈ। ਕੋਈ ਵੀ ਚੀਜ਼ ਹੈ ਵੀਕਐਂਡ ਦੇ ਵਾਸਤੇ ਇਕੱਠਾ ਕਰੋ, ਨਹੀਂ ਹੈ ਤਾਂ ਵੀ ਤਾਂ ਸਾਨੂੰ ਲੱਗਦਾ ਕਿ ਹਾਏ ਤੁਹਾਨੂੰ ਵੀ ਟਾਈਮ ਚਾਹੀਦਾ, ਮੀ ਟਾਈਮ ਵੀ ਚਾਹੀਦਾ। ਸੋ ਇਹ ਕਹਿ ਰਹੀ ਹੈ ਕਿ ਮੈਨੂੰ ਅੱਛਾ ਨਹੀਂ ਲੱਗ ਰਿਹਾ, ਬਟ ਮੈਂ ਕਿਸ ਤਰ੍ਹਾਂ ਉਹਨਾਂ ਨੂੰ ਕਹਾਂ, ਹੀ ਇਜ਼ ਅ ਗੁੱਡ ਮੈਨ, ਕੋਈ ਉਹ ਕੰਪਲੇਨ ਨਹੀਂ ਹੈ ਕਿ ਕੋਈ ਗਲਤ ਆਦਤਾਂ ਨੇ ਜਾਂ ਕਿਤੇ ਹੋਰ ਜਾਂਦੇ ਨੇ, ਐਸਾ ਕੁਛ ਨਹੀਂ ਹੈ, ਬਟ ਸਟ੍ਰੈਸ ਇੰਨਾ ਲੈਂਦੇ ਨੇ ਕੰਮ ਦਾ, ਜਦਕਿ ਅਸੀਂ
मैं कह रही हाँ कि सानू इन्ना स्ट्रेस लैण की लोड़ नहीं है। सो प्लीज़ सारे कहने कि दसो कि मैं किस तरह ये चीज़ यह बदलाव किमें लियावा कि वो इनफ है जो वो कर रहे ने इनफ है, बाकी का टाइम सानू देन और होर दी लालसा ना रखन। इट्स एन इंटरेस्टिंग क्वेश्चन, यू नो, कमिंग फ्रॉम अ वाइफ, यंग वाइफ एंड अ मदर, क्योंकि वाकई ठीक कह रहे ने, बहुत वारी मेरे को केसिस इंज दे आए के इनफ नहीं कर रहे, यू नो, लोग इन्नी मेहनत करते ने, मेरे हस्बैंड जोड़ नहीं पा रहे ज़्यादा। चलो गुड, दिस इज़ अ गुड प्रॉब्लम टू हैव कि इनफ हैगा फिर भी, यू नो, पर ओवरऑल देखा जाए मेरे ख्याल पहले कभी इन्ना नहीं होना कि बड़ा कंपैटिटिव वर्ल्ड है। सो सानू समझण दी लोड़ पेगी कि वो इन्ना स्ट्रेस वर्क दा क्यों लै रहे हैं, कहिंदे ने ये भी स्ट्रेस लैंदे फिर कल जॉब चलेगी तो की कर रहे हैं। सो ही ऑलवेज वॉन्ट्स टू इंप्रेस द बॉस, सो कपल ऑफ आवर्स एक्स्ट्रा कर लेंगे, अगर कोई पूछता भी है ना, जबकि बॉस बड़ा अच्छा है, कभी जोर नहीं पाता कि हाँ तुसी इन्ने घंटे होर रुकना है या कुछ इस तरह। ही ऑलवेज ऑफर्स कि कोई हैगा है, ईमेल आएगी कि तुसी एक्स्ट्रा आवर्स देने हैं, तो यू नो, एंड ही इज़ द फर्स्ट वन जरा ऑप्ट कर देंगे कि हाँ मैं होर लगा लाँगा टाइम, मैं ये भी प्रोजेक्ट कर लाँगा, एंड यूजली फिर घर आके वी ही इज़ डूइंग हिज वर्क। सो वीकडे के उत्ते तो मतलब होंगे जिमें कि उन्होंने कोई बुलाए भी ना, सो प्रॉब्लम इन्हों लग रही है इस वेले कि खुश भी नहीं होंगे, ये भी नहीं है कि हाँ जी माहौल बड़ा अच्छा है, खुश ने, वो इन्ने सीरीयस होए हो कि मतलब होर तो करण, बट उन्होंने कहना है कि इन्ने सीरीयस होके जिमें भी जे ना होया तो पता नहीं की हो जाएगा, जे मैं ना जो भी यू नो फाइनैशियल बेनीफिट्स है या इंप्रैस करना है अपने सुपीरियर्स नू है, या फिर जिस तरह कह रहे हैं कि स्ट्रेस रहा है कि जॉब कल चलेगी तो की होएगा, हर चीज़ का इन्ना स्ट्रैस लेंदे हैं। सो कहते हैं कि ये मैं ना बड़ा अजीब जहा माहौल बन जाता घर, और मैनू ये अच्छा नहीं लगता कि सारा दिन भी मैं वेट कर रही हाँ, और फिर मेरी डॉटर भी वेट कर रही, और जो मिलते हैं तो भी इट इज़ नो गुड। सो की कहते हो इन्हों, जरूर जरूर दसो। समहाउ मैं लगता है कि एक्सपैक्टेशंस, यू नो, एक दोनों पार्टनर्स दी बड़ी बारी बंदे अपने आप नू प्रोवाइडर समझ के बहुत स्ट्रेस लेंदे हैं, यू नो, ओवर द ईयर्स साडा एक्सपीरियंस है, जिन्ने साडे कोल केसेस आंदे ने, गल हुंदी है, पता लगता है कि बहुत जिहड़े जेन्युइनली काम करना चाहते ने और हार्ड वर्किंग ने, वो स्ट्रेस भी लेंदे ने कि भई मैं प्रोवाइडर हाँ, मैं ज़्यादा तो ज़्यादा यू नो अपनी फैमिली नू प्रोवाइड कर सकाँ, उन्हां नू सुख आराम दे सकाँ। सो सुख आराम की जिहड़ी परिभाषा है, जिहड़ी डेफिनेशन है, वो उन्हां दे हिसाब नाल हुंदा कि मैं ज़्यादा पैसा कमावांगा तो इन्हां नू ज़्यादा सहूलियत दे सकांगा, बट ओवरऑल एक बड़ा अच्छा एक थैंक यू टू दिस लेडी के सानू ये ध्यान चाह रहा है कि सारा टाइम उ चीज़ा नहीं चाहिए होंगे जिड़ा कि पैसा खरीद सके। सो जिमें क्लीयरली इन्हों को पैसा है इस वेले, बट शी वॉन्ट्स हिज टाइम, एंड गल भी ठीक है कि ये उम्र जड़ी ए यंग एज जो निकल गई तो बाद सोचो कि हूँ बड़ा सारा पैसा, हूँ बैठ के कट्ठे गल्लां मारदे आ या इंजॉय करदे आ ते घूमदे आ, वो किने देखे। सो बैटर नाओ दैन यू नो लेटर। सो दो डिफरेंट वो हैगियां ने बिलीव साडे, कई बारी आई डोंट ब्लेम द मैन, बंदे दी भी कोई गलती नहीं, क्योंकि बिलीव सिस्टम साडे शुरुआत तो बहुत प्रेशर आदमियों ते पाते हैं, आदमियों ते इन्ना प्रेशर असी पाया होया कि सोसाइटी ने कि वो प्रोवाइडर है, जिन्ना वड्डी कार उन्हें खरीदती, वड्डा डायमंड दा सैट खरीदता वाइफ नूं, ते वो ज़्यादा सक्सैसफुल है। सो साड़ी डेफिनेशन सक्सैस की भी जिहड़ी है वो मटीरियल गुड्स नाल इन्नी ज़्यादा जुड़ी हुई है कि बंदे मैन बहुत अपने आप ते प्रेशर लैंदे हैं कि मैं ये अपनी फैमिली नूं प्रोवाइड करना, यू नो, वड्डा कार, वड्डी कार। सो ऑब्वियसली ये दिख रहा है कि ये जिहड़ा डिफरेंस है, भावें दोनों एक दूजे नूं बहुत प्यार करते हैं, पर ये जरा डिफरेंस है वो इत्थे यू नो प्रॉब्लम बनी हुई है। सो लेट्स सी सारे इन्हों की कहेंदे हैं, जरूर कॉल करो 7187865222 दे उत्ते, क्योंकि इन्हां दे राही आई थिंक बड़े सारे शायद रिलेट कर सकनगे कभी पहले वाली गल या हुण होंदी गल
ਜਿਹੜੀ ਕਿ ਇੱਕ ਡਿਫਰੈਂਸ ਸਾਡੇ ਬਿਲੀਫ ਸਿਸਟਮਸ ਦਾ, ਔਰ ਅਸੀਂ ਕੀ ਐਕਸਪੈਕਟ ਕਰ ਰਹੇ ਹਾਂ ਇੱਕ ਦੂਜੇ ਤੋਂ, ਔਰ ਰਾਈਟ ਔਰ ਰੋਂਗ ਨੂੰ ਪਰੇ ਕਰਕੇ ਅਸੀਂ ਇੱਕ ਦੂਜੇ ਤੋਂ ਐਕਸਪੈਕਟ ਕੀ ਕਰ ਰਹੇ ਹਾਂ, ਉਹਦਾ ਬੈਲੈਂਸ ਕਿਸ ਤਰ੍ਹਾਂ ਬਣਾਇਆ ਜਾ ਸਕਦਾ ਹੈ, ਇਹ ਬਹੁਤ ਜ਼ਰੂਰੀ ਹੈ। ਸੋ ਡੈਫੀਨੇਟਲੀ ਡੈਫੀਨੇਟਲੀ ਕਾਲ ਅਸ ਐਂਡ ਟਾਕ ਟੂ ਦਿਸ ਲੇਡੀ। ਲੈਟ ਮੀ ਟੇਕ ਅ ਸ਼ੋਰਟ ਬ੍ਰੇਕ। ਸਾਰਿਆਂ ਦਾ ਫਿਰ ਸਵਾਗਤ ਹੈ। ਲੈਟ ਸੀ ਸਾਰੇ ਕੀ ਕਹਿ ਰਹੇ ਨੇ, ਔਰ ਜ਼ਰੂਰ ਜ਼ਰੂਰ ਕਾਲ ਕਰੋ। ਸਾਡੀ ਅੱਜ ਕੀ ਇਹ ਜਿਹੜਾ ਹਫ਼ਤਾ ਹੈ ਸਾਡਾ, ਬਿਲਕੁਲ 13th ਐਨੀਵਰਸਰੀ ਜਸ ਪੰਜਾਬੀ ਦੀ ਮਨਾਈ ਜਾ ਰਹੀ ਹੈ, ਔਰ ਸਾਡੀ ਜਸ ਗੱਲਬਾਤ ਦੀ ਵੀ ਐਨੀਵਰਸਰੀ ਹੈ। ਸੋ ਆਈ ਐਮ ਹੋਪਿੰਗ ਕਿ ਤੁਸੀਂ ਸਾਰੇ ਜ਼ਰੂਰ ਜ਼ਰੂਰ ਕਾਲ ਕਰੋਗੇ। ਲੈਟ ਮੀ ਟੇਕ ਮਾਈ ਫਸਟ ਕਾਲ ਐਂਡ ਸੀ ਕੀ ਕਹਿ ਰਹੇ ਨੇ। ਹੈਲੋ, ਹੈਲੋ, ਸਤਿ ਸ਼੍ਰੀ ਅਕਾਲ ਅਰਵਿੰਦ ਜੀ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ, ਥੈਂਕ ਯੂ ਸੋ ਮਚ ਜਸਪ੍ਰੀਤ ਫੋਰ ਕਾਲਿੰਗ। ਤੁਸੀਂ ਡੇ 1 ਤੋਂ ਮੇਰੇ ਨਾਲ ਹੋ ਐਂਡ ਆਈ ਐਮ ਸੋ ਗ੍ਰੇਟਫੁਲ, ਸੋ ਗ੍ਰੇਟਫੁਲ, ਆਈ ਐਮ ਸੋ ਗ੍ਰੇਟਫੁਲ ਤੁਹਾਡੇ ਲਈ। ਸਭ ਤੋਂ ਪਹਿਲਾਂ ਉਸੇ ਚੀਜ਼ ਦੀ ਮੈਨੂੰ ਪਤਾ, ਪਰਸੋਂ ਤੁਸੀਂ 10 ਸਾਲ ਇਸ ਸ਼ੋਅ ਦੇ ਐਂਕਰ ਦੇ ਕੰਪਲੀਟ ਕੀਤੇ ਆ ਤੇ ਬਹੁਤ ਬਹੁਤ ਮੁਬਾਰਕਾਂ। ਥੈਂਕ ਯੂ, ਥੈਂਕ ਯੂ, ਥੈਂਕ ਯੂ। You know what, Jaspreet, jede sare pura bahut sare sade naal hor nave jude hain, but jede bahut pehle to jude hoye hain na, ohna da ik jehda share karna, so main ik gal share kar diyan idea. Oh, Gail King, you know, CBS anchor jede news readers hege hain ohna da hai, but main aaj ohna oh kehnde hunne ohna di anniversary te na oh same dress paande hain। ਆਈ ਮੀਨ ਮੈਂ ਲੱਭਿਆ ਕਿ ਮੈਂ ਜਦੋਂ ਜੁਆਇਨ ਕੀਤਾ ਸੀ ਮੇਰੇ ਕੋਲ ਕਿਹੜੇ ਕੱਪੜੇ ਸੀ, ਐਂਡ ਦਿਸ ਇਜ਼ ਦਾ ਵਨ, ਦਿਸ ਇਜ਼ ਵਾਟ ਆਈ ਐਮ ਵੇਅਰਿੰਗ ਟੂਡੇ, ਇਜ਼ ਵਾਸ ਦੇਅਰ ਵਿਦ ਮੀ ਵਿਦ ਫਰੋਮ ਦਾ ਵੈਰੀ ਬਿਗਨਿੰਗ, ਐਂਡ ਆਈ ਵੇਅਰ ਇਟ ਐਵਰੀ ਈਅਰ ਸਮਟਾਈਮਸ, ਵਿਚ ਇਜ਼ ਸੋ ਫਨੀ, ਬਟ ਯਾ, ਇਟਸ ਦਾ ਮੈਮਰੀਜ਼, ਐਂਡ ਆਈ ਐਮ ਸੋ ਗ੍ਰੇਟਫੁਲ ਆਲ ਦਾ ਫੈਮਿਲੀ ਜਿਹੜੀ ਇੱਥੋਂ ਮਿਲੀ ਹੈ ਨਾ ਮੈਨੂੰ, ਐਂਡ ਯੂ ਆਰ ਵਨ ਆਫ ਦੋਜ਼ ਜਿਹੜੇ ਕਿ ਬਿਲਕੁਲ ਸ਼ੁਰੂਆਤ ਤੋਂ ਸਾਡੇ ਨਾਲ ਹੋ। ਮੇਰਾ ਫੇਵਰਿਟ ਸ਼ੋ ਹੈਗਾ ਤੁਹਾਡੇ ਕਰਕੇ ਹੀ। ਥੈਂਕ ਯੂ ਸੋ ਮਚ, ਤੁਹਾਡਾ ਆਪਟੀਮਿਜ਼ਮ, ਤੁਹਾਡਾ ਆਪਟੀਮਿਜ਼ਮ ਸਾਡੇ ਬਹੁਤ ਕੰਮ ਆਉਂਦਾ ਹੈ। ਬੜੀ ਵਾਰੀ ਈਵਨ ਸ਼ੋਅ ਤੇ ਨਾ ਵੀ ਹੋਵਾਂ ਨਾ, ਈਵਨ ਇਫ ਆਈ ਐਮ ਹੋਮ ਔਰ ਇਨ ਅ ਸਿਚੁਏਸ਼ਨ, ਤੇ ਮੈਨੂੰ ਲੱਗਦਾ ਕਿ ਇਸ ਸਿਚੁਏਸ਼ਨ ਦੇ ਵਿੱਚ ਜਸਪ੍ਰੀਤ ਕੀ ਕਹੇਗੀ, ਜਸਪ੍ਰੀਤ ਕਹੇਗੀ ਨਹੀਂ, ਕਮਿਊਨੀਕੇਸ਼ਨ ਕਰੋ, ਯੂ ਨੋ, ਆਪਟੀਮਿਸਟਿਕ ਰਹੋ, ਪੋਜ਼ਿਟਿਵ ਰਹੋ। ਸੋ ਇਟਸ, ਥੈਂਕ ਯੂ ਸੋ ਮਚ, ਥੈਂਕ ਯੂ ਜੀ। ਮੈਂ ਆਪਣੀ ਜ਼ਿੰਦਗੀ ਵੀ ਜਿੰਨੀ ਪੋਜ਼ਿਟਿਵ ਰੀਅਲ ਸ਼ੋਅ ਦੇ ਹੁੰਦੇ ਆ, ਰੀਅਲ ਲਾਈਫ ਵਿੱਚ ਵੀ ਇਸ ਤਰ੍ਹਾਂ ਹੀ ਹੈਗੀ ਆ। ਜੀ 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 ਜੀ, ਮੇਰੇ ਮੰਮੀ ਕਰਕੇ ਆਈ ਥਿੰਕ ਉਹਨਾਂ ਨੇ ਬਹੁਤ ਵੱਡਾ ਚੀਜ਼ ਸਿਖਾਈ ਸੀ ਮੈਨੂੰ। ਨੋ, ਥੈਂਕ ਯੂ ਸੋ ਮਚ, ਰੀਅਲੀ ਰੀਅਲੀ ਐਪਰੀਸ਼ੀਏਟ, ਵੀ ਡੋਨਟ ਸੇ ਇਟ ਇਨਫ। ਮੈਂ ਬਹੁਤ ਵਾਰੀ ਨਹੀਂ ਇਹ ਗੱਲ ਕਹਿ ਸਕਦੀ ਕਿਉਂਕਿ ਹਰ ਸ਼ੋਅ ਦੇ ਹਰ ਐਪੀਸੋਡ ਦਾ ਇੱਕ ਰਫਤਾਰ ਹੁੰਦੀ ਹੈ ਜਿਹੜੀ ਕਿ ਯੂ ਨੋ ਆਈ ਐਮ ਕਮਿਟਡ ਟੂ ਦੈਟ ਕੁਐਸਚਨ, ਬਟ ਆਈ ਐਮ ਟੇਕਿੰਗ ਦਿਸ ਚਾਂਸ ਟੂਡੇ ਟੂ ਰੀਅਲੀ ਸੇ ਥੈਂਕ ਯੂ ਸੋ ਮਚ। ਹਾਂਜੀ, ਏਦਾਂ ਹੀ ਆਉਂਦੇ ਰਹੋ ਅਗਲੇ 10-20 ਸਾਲਾਂ ਲਈ ਸਾਡੇ ਐਂਕਰ, ਮੈਂ ਚਾਹੁੰਦੀ ਹਾਂ ਹੋਰ ਦਿਨਾਂ ਲਈ ਵੀ ਆ ਜਾਓ ਤੁਸੀਂ, ਪਰ ਯੂ ਨੋ ਰਾਈਟ ਨਾ ਕਹੇਗਾ ਇੰਨਾ। ਜੀ ਜੀ ਜੀ, ਥੈਂਕ ਯੂ, ਥੈਂਕ ਯੂ, ਥੈਂਕ ਯੂ ਜੀ। ਅੱਜ ਬਾਰੇ ਮੈਂ ਕਹਾਂਗੀ ਭੈਣ ਜੀ, ਕਾਫੀ ਲੋਕਾਂ ਦੀ ਸ਼ਾਇਦ ਪ੍ਰੋਬਲਮ ਹੋਏਗੀ, ਤੇ ਆਈ ਮੀਨ ਇਹਨਾਂ ਨੂੰ ਆਪਣੇ ਹਸਬੈਂਡ ਨੂੰ ਮੈਂ ਤਾਂ ਕਹਾਂਗੀ ਇੱਕ ਵਾਰੀ ਬੈਠ ਕੇ ਬਿਠਾ ਕੇ ਨਾ ਚੰਗੀ ਤਰ੍ਹਾਂ ਅਹਿਸਾਸ ਕਰਾ ਦੇਣ ਬਈ ਦੇਖੋ ਇਹ ਪੂਰੇ ਸੈਟਿਸਫਾਈਡ ਹੈਗੇ ਆ, ਬਈ ਜਿੰਨਾ ਕਰ ਰਿਹਾ ਹੈਗਾ ਇਹਨਾਂ ਲਈ ਪੂਰਾ ਹੈਗਾ, ਬਥੇਰਾ ਹੈਗਾ, ਹੋਰ ਨਹੀਂ ਚਾਹੀਦਾ, ਤੇ ਜੋ ਸਾਰੀਆਂ ਇਹਨਾਂ ਦੀਆਂ ਲੋੜਾਂ ਜ਼ਿੰਦਗੀ ਦੀਆਂ ਉਹ ਇਹਨਾਂ ਲਈ ਤਾਂ ਪੂਰਾ ਸਭ ਸਾਰਾ ਹੈਗਾ, ਤੇ ਤਰੀਕੇ ਵਰਤਣ ਉਹ ਦਿਖਾਉਣ ਲਈ, ਮਤਲਬ ਪੂਰਾ ਜਿੱਦਾਂ ਫੀਲ ਕਰ ਰਹੇ ਨਾ ਦੱਸਣ ਬਈ ਆ ਵੀਕ ਡੇ ਹੁਣ ਬੇਟੀ ਤੁਸੀਂ ਕਹਿੰਦੇ ਹੋ 6 ਸਾਲ ਦੀ, ਜੀ ਜੀ ਜੀ, ਉਹਨਾਂ ਉਹ ਬੇਟੀ ਦੇ ਨਾਲ ਕੁਛ ਮਦਦ ਕਰ ਸਕਦੇ ਆ, ਕੁਛ ਕੰਮ ਕਰਾ ਸਕਦੇ ਆ, ਵੀ ਵੀਕ ਡੇ ਤੇ ਬੇਟੀ ਹੁਣ ਪ੍ਰੋਬਬਲੀ ਪਹਿਲੀ ਚ ਹੋਏਗੀ, ਕੋਈ ਕਲਾਸਾਂ, ਕੋਈ ਕਦੇ ਬਾਹਰ ਜਾਣਾ, ਮਤਲਬ ਉਹਦੇ ਲਈ ਕੁਛ ਕਰਨਾ ਸ਼ਾਮ ਲਈ, ਇਹਨਾਂ ਨੂੰ ਜ਼ਿੰਮੇਵਾਰੀ ਦੇਣ ਤੇ ਯੂ ਨੋ ਕੀ ਉਹ ਕਰ ਸਕਦੇ ਆ, ਤੇ ਨੰਬਰ 2
ਜੇ ਜਿਹੜੇ ਇਹਨਾਂ ਦੇ ਸ਼ੌਕ ਰੱਖਦੇ ਆ ਜਾਂ ਕੋਈ ਚੀਜ਼ਾਂ ਦਾ ਇੰਟਰਸਟ ਰੱਖਦੇ ਆ ਹਸਬੈਂਡ ਫ੍ਰੀ ਟਾਈਮ ਦੇ ਵਿੱਚ ਕੀ ਕਰਨਾ ਚਾਹੁੰਦੇ ਆ, ਕੀ ਉਹ ਉਹਨਾਂ ਦੇ ਨਾਲ ਮਿਲ ਕੇ ਵੀਕਐਂਡ ਤੇ ਪਲਾਨ ਕਰਨ ਜਾਂ ਯੂ ਨੋ ਥੋੜਾ ਜਿਹਾ ਮਨ ਉੱਥੇ ਜਾਬ ਤੋਂ ਪਰੇ ਕਰਨਾ ਤੇ ਉਹਨਾਂ ਨੂੰ ਸਮਝਾ ਸਟ੍ਰੈਸ ਇੰਨਾ ਜ਼ਿਆਦਾ ਲੈ ਰਹੇ ਆ ਯੂ ਨੋ ਹੁਣ ਹੀ ਇੰਨਾ ਲੈ ਰਹੇ ਆ ਯੰਗ ਹੈਗੇ ਆ ਵੀ ਨਹੀਂ ਹੈਗਾ ਇੰਨਾ ਸਿਹਤ ਲਈ ਇਹਨਾਂ ਦੇ ਪਰਿਵਾਰਕ ਮਾਹੌਲ ਲਈ ਉਹ ਯੂ ਨੋ ਬੇਟੀ ਹੁਣ ਛੋਟੀ ਹੈਗੀ ਹੈ ਇੰਜੋਏ ਕਰਨ ਉਹਦੇ ਨਾਲ ਟਾਈਮ ਸਾਰਾ ਆਈ ਨੋ ਸ਼ੀ ਵਾਂਟਸ ਦੈਟ ਟੂ ਬਟ ਇਟਸ ਨਾਟ ਹੈਪਨਿੰਗ ਸੋ ਠੀਕ ਹੈ ਜਸਪ੍ਰੀਤ ਤੁਸੀਂ ਜੋ ਕੁਝ ਹੋਰ ਵੀ ਧਿਆਨ ਆਉਂਦਾ ਜ਼ਰੂਰ ਕਹੋ ਕਿਉਂਕਿ ਬੜਾ ਕਲੀਅਰਲੀ ਇੱਕ ਡਿਸਕਨੈਕਟ ਹੈ ਕਿ ਬੜੀ ਦੁਨੀਆ ਚਾਹੇਗੀ ਕਿ ਬੜਾ ਅੱਛਾ ਮੇਰਾ ਹਸਬੈਂਡ ਨਾ ਬਹੁਤ ਵਧੀਆ ਬੜਾ ਐਂਬੀਸ਼ੀਅਸ ਹੈ ਪੜ੍ਹਨਾ ਵੀ ਚਾਹੁੰਦਾ ਹੈ ਕੰਮ ਵੀ ਕਰਦਾ ਹੈ ਯੂ ਨੋ ਬਟ ਸ਼ੀ ਵਾਂਟਸ ਮੋਰ ਦੈਨ ਦੈਟ ਫਰੋਮ ਹਿਮ ਸੋ ਦੇਰ ਇਜ਼ ਅ ਡਿਸਕਨੈਕਟ ਦੇ ਹੈਜ਼ ਟੂ ਕਮ ਇਨ ਬਿਟਵੀਨ ਤੁਸੀਂ ਪੂਰੀ ਪ੍ਰੋਗਰੈਸ ਵੀ ਨਹੀਂ ਰੋਕ ਸਕਦੇ ਬਟ ਡੈਫੀਨੇਟਲੀ ਯੂ ਵਾਂਟ ਕਿ ਸਟ੍ਰੈਸ ਘਟੇ ਅਗਰ ਬੰਦਾ ਜਾਂ ਤਾਂ ਕੰਮ 'ਚ ਬੜਾ ਇੰਜੋਏ ਕਰ ਰਿਹਾ ਉਹ ਲੱਗਦਾ ਇੰਜੋਏ ਵੀ ਨਹੀਂ ਕਰ ਰਿਹਾ ਕੰਮ ਨੂੰ ਕੰਮ ਸਮਝ ਕੇ ਕਰ ਰਿਹਾ ਐਂਡ ਦੈਨ ਐਗਜੈਕਟਲੀ ਐਂਡ ਯਾ ਯੂ ਸੋ ਰਾਈਟ ਥੈਂਕ ਯੂ ਸੋ ਮਚ ਥੈਂਕ ਯੂ ਜਸਪ੍ਰੀਤ ਕਹਿੰਦੀ ਹੈ ਕਿ ਹੀ ਇਜ਼ ਮੈਰਿਡ ਟੂ ਹਿਜ਼ ਜੋਬ ਹਿਜ਼ ਵਰਕ ਇਹ ਵੀ ਇੱਕ ਡਿਸਕਨੈਕਟ ਹੈ ਬਿਕੋਜ਼ ਕਈ ਵਾਰੀ ਭਾਵੇਂ ਇਹ ਫਨੀ ਲੱਗਦਾ ਬਟ ਗੱਲ ਇਹ ਬਿਲਕੁਲ ਠੀਕ ਹੈ ਕਿ ਕਈ ਜਨਾਨੀਆਂ ਬਿਲਕੁਲ ਇਸ ਤਰ੍ਹਾਂ ਫੀਲ ਕਰ ਰਹੀਆਂ ਹੁੰਦੀਆਂ ਕਿ ਮੇਰੇ ਤੋਂ ਜ਼ਿਆਦਾ ਪ੍ਰਾਇਰਟਾਈਜ਼ ਤੁਸੀਂ ਕੰਮ ਨੂੰ ਕਰ ਰਹੇ ਹੋ ਸੋ ਇਟਸ ਆਲਮੋਸਟ ਲਾਈਕ ਚੀਟਿੰਗ ਦੁੱਖ ਜਿਹੜਾ ਉਹਦਾ ਹੈ ਨਾ ਉਹ ਚੀਟਿੰਗ ਦਾ ਅਸੀਂ ਸਾਰੇ ਕਹਿੰਦੇ ਹਾਂ ਹਾਏ ਬੜਾ ਵੱਡਾ ਦੁੱਖ ਹੈ ਬਟ ਇਹ ਵੀ ਉਸ ਤਰ੍ਹਾਂ ਜ ਮੋਸਟਲੀ ਕੀ ਕਹਿਣਗੇ ਲੈ ਜਨਾਨੀ ਨੂੰ ਖੁਸ਼ ਹੋਣਾ ਚਾਹੀਦਾ ਕਿ ਉਹ ਕੰਮ ਕਰਦਾ ਉਹ ਕਿਹੜਾ ਕਿਤੇ ਹੋਰ ਜਾ ਰਿਹਾ ਬਟ ਉਹਦੀ ਫੀਲਿੰਗ ਜਿਹੜੀ ਹੈ ਜਿਹੜੇ ਹਾਰਮੋਨਸ ਯੂ ਨੋ ਕਾਇੰਡ ਆਫ ਵਰਕ ਕਰਦੇ ਹਨ ਤੁਹਾਡੀ ਬੋਡੀ 'ਚ ਅਤੇ ਉਹ ਇਹ ਹੁੰਦਾ ਕਿ ਤੁਸੀਂ ਇੰਨਾ ਜ਼ਿਆਦਾ ਪ੍ਰਾਇਰਟਾਈਜ਼ ਕਰ ਰਹੇ ਹੋ ਕੰਮ ਨੂੰ ਜਾਂ ਆਪਣੀ ਐਂਬੀਸ਼ਨ ਨੂੰ ਜਾਂ ਕਿਤੇ ਪਹੁੰਚਣ ਨੂੰ ਕਿ ਮੇਰੇ ਬਾਰੇ ਧਿਆਨ ਨਹੀਂ ਮੇਰਾ ਜਿਹੜਾ ਲੈਵਲ ਹੈਗਾ ਮੇਰਾ ਜਿਹੜਾ ਦਰਜਾ ਹੈਗਾ ਉਹ ਤੁਸੀਂ ਥੱਲੇ ਕੀਤਾ ਹੋਇਆ ਅਤੇ ਹੋਰ ਚੀਜ਼ ਵੱਡੀ ਹੈ ਸੋ ਇਟਸ ਆਲਮੋਸਟ ਲਾਈਕ ਦੈਟ ਸੋ ਲੈਟ ਸੀ ਹੋਰ ਕੀ ਕਹਿ ਰਹੇ ਨੇ ਇਹਨਾਂ ਨੂੰ ਪੁੱਛਦੇ ਹਾਂ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਸਸਕਾਲ ਅਰਵਿੰਦ ਜੀ ਹਾਂਜੀ ਗੁਰਦੀਪ ਜੀ ਦੱਸੋ ਕੀ ਕਹਿੰਦੇ ਹੋ ਮੈਂ ਇਹ ਕਹਿਣਾ ਜੀ ਕਿ ਇਹ ਜਿਹੜਾ ਇਹਨਾਂ ਦਾ ਡਰ ਆ ਇਹਨਾਂ ਨੂੰ ਵੀ ਜੌਬ ਨਾ ਚਲੀ ਜਾਏ ਡਰ ਨਾਮ ਦੀ ਕੋਈ ਚੀਜ਼ ਨਹੀਂ ਹੁੰਦੀ ਇਹ ਸਾਡੇ ਦਿਮਾਗ ਵਿੱਚ ਬਣਾਈ ਹੋਈ ਇੱਕ ਧਾਰਨਾ ਹੁੰਦੀ ਆ ਪਹਿਲੀ ਗੱਲ ਤੇ ਸਟ੍ਰੈਸ ਲੈਂਦੇ ਆ ਉਹਦਾ ਚੰਗੀ ਆਦਤ ਨੂੰ ਅਪਣਾਉਣਾ ਹੈ ਜਾਂ ਘਰ ਵਾਲੇ ਦੀ ਬੁਰੀ ਆਦਤ ਨੂੰ ਛਡਵਾਉਣਾ ਹੈ ਇਹਨਾਂ ਲਈ ਤਾਂ ਉਹ ਜੋ ਕਰਦੇ ਆ ਬੁਰੀ ਆਦਤ ਹੈ ਵੈਸੇ ਹੈ ਤਾਂ ਨਹੀਂ ਹੈ ਚਲੋ ਮੰਨਦੇ ਹਾਂ ਬੁਰੀ ਆਦਤ ਹੈ ਤਾਂ ਉਸ ਦਾ ਦੁਨੀਆ ਵਿੱਚ ਇੱਕੋ ਇੱਕ ਕਾਰਗਰ ਤਰੀਕਾ ਹੈ ਸੈਲਫ ਪਨਿਸ਼ਮੈਂਟ ਓਕੇ ਤੁਸੀਂ ਸ਼ਾਇਦ ਸਮਝੋਗੇ ਇਹ ਮਜ਼ਾਕ ਹੈ ਮਜ਼ਾਕ ਨਹੀਂ ਹੈ ਜੋ ਮੈਂ ਕਹਿ ਰਿਹਾ ਉਹਨੂੰ ਥੋੜਾ ਜਿਹਾ ਧਿਆਨ ਨਾਲ ਸੁਣਿਓ ਦੱਸੋ ਮੈਂ ਚੈਲੰਜ ਕਰਦਾ ਜੇ ਸੱਚੇ ਮਨੋਂ ਸੈਲਫ ਪਨਿਸ਼ਮੈਂਟ ਵਾਲਾ ਨੁਸਖਾ ਅਪਣਾਉਣਗੇ ਤਾਂ ਸਫਲਤਾ ਵੱਟ ਤੇ ਪਈ ਆ ਪਰ ਸੈਲਫ ਪਨਿਸ਼ਮੈਂਟ ਚ ਇੱਕ ਤਾਂ ਹੀ ਬਿਲਕੁਲ ਨਾ ਹੋਵੇ ਜਿਵੇਂ ਮੈਂ ਦੱਸਾਂਗਾ ਉਵੇਂ 100% ਕਰਨਾ ਹੋਵੇਗਾ ਓਕੇ ਵਾਟ ਇਜ਼ ਇਟ ਹਾਂਜੀ ਜਦੋਂ ਉਹ ਟਾਈਮ ਉੱਪਰ ਨਹੀਂ ਆਉਂਦੇ ਜਾਂ ਤੁਹਾਨੂੰ ਘੁਮਾਣ ਫਰਾਣ ਵਿੱਚ ਕੁਤਾਹੀ ਵਰਤਦੇ ਆ ਜਨਮ ਦਿਨ ਮਨਾਉਣ ਸਮੇਂ ਵੀ ਲੇਟ ਹੋ ਜਾਂਦੇ ਆ ਘਰ ਆ ਕੇ ਕੰਮ ਕਰਦੇ ਆ ਉਹਨਾਂ ਦੇ ਸਾਹਮਣੇ ਆਪਣੀ ਬੇਸ਼ੁਮਾਰ ਕੀਮਤੀ ਸਾੜੀ ਨੂੰ ਜਲਾ ਦਿਓ ਫਾੜ ਦਿਓ ਸੋਹਣੇ ਪਲ ਚਾਹੀਦੇ ਆ ਜੋ ਮੈਂ ਤੁਹਾਡੇ ਨਾਲ ਗੁਜ਼ਾਰੇ ਸਨ ਉਹ ਵਾਪਸ ਕਰੋ ਮੈਨੂੰ ਸਾਡੇ ਕੋਲ ਆਲਰੇਡੀ ਸਭ ਕੁਛ ਹੈ ਇੰਨੀ ਮਿਹਨਤ ਕਰਨ ਦੀ ਲੋੜ ਨਹੀਂ ਇਹ ਡਰ ਨਾਂ ਦੀ ਚੀਜ਼ ਜਿਹੜੀ ਹੈ ਇੱਕ ਸਿਰਫ ਦਿਮਾਗ ਦੇ ਵਿੱਚ ਬਣੀ ਹੋਈ ਚੀਜ਼ ਹੈ ਮੇਰੀ ਨੌਕਰੀ ਚਲੇ ਜਾਏਗੀ ਉਹ ਹੋ ਜਾਏਗਾ ਕੁਛ ਨਹੀਂ ਹੁੰਦਾ ਜੋ ਸੁਣਦੇ ਹੋਣ ਭਾਈ ਸਾਹਿਬ ਵੀ ਉਹਨਾਂ ਨੂੰ ਵੀ ਮੈਂ ਕਹਿੰਦਾ ਕਿ ਇੱਕ ਧਾਰਨਾ ਹੁੰਦੀ ਹੈ ਸੈਲਫ ਪਨਿਸ਼ਮੈਂਟ ਇਜ਼ ਦਾ ਬੈਸਟ ਮੈਥਡ ਹੈਗਾ ਔਖਾ ਪਰ ਕਰਨਾ ਹੈ ਜੇ ਉਹ ਫੜਨਗੇ ਨਾ ਸਾੜੀਆਂ ਤੇ ਨੋਟ ਸਾਹਮਣੇ ਫਿਰ ਉਹਨੂੰ ਪਤਾ ਲੱਗੂਗਾ ਕਿ ਮੇਰੀ ਵੈਲਿਊ ਤੇ ਮੈਂ ਤਾਂ ਇੰਨਾ ਕਮਾਉਣਾ ਇਹ ਫੜੀ ਜਾਂਦੀ ਹੈ ਮੈਂ ਫੜੂੰਗੀ ਜਦੋਂ ਤੱਕ ਤੂੰ ਸਾਨੂੰ ਨਹੀਂ ਥੈਂਕ ਯੂ ਸੋ ਮਚ ਗੁਰਦੀਪ ਜੀ ਤੁਹਾਡਾ ਆਈਡੀਆ ਮਤਲਬ ਤੁਹਾਡੀ ਜਿਹੜਾ ਕੋਨਸੈਪਟ ਹੈ ਤੁਹਾਡਾ ਉਹ ਡੈਫੀਨੇਟਲੀ ਅਸੀਂ ਬਿਲਕੁਲ ਸਮਝ ਗਏ ਹਾਂ ਥੈਂਕ ਯੂ ਸੋ ਮਚ ਸੋ ਇਹਨਾਂ ਦੇ ਹਿਸਾਬ ਨਾਲ ਆਈ ਮੀਨ ਗੁੱਸੇ ਮੈਨੂੰ ਲੱਗਦਾ ਐਕਸਪ੍ਰੈਸ਼ਨ ਜਿਹੜਾ ਕਿ ਸਾੜ ਦੇਣਾ ਬੜਾ ਐਗਰੈਸਿਵ ਹੈ
यू नो इट्स गुस्से वाला, पर उस तो पहले काफ़ी चीज़ां हैगियां, पर मतलब समझ आई एम श्योर जिवें कह रहे ना कि ईवन बंदे नू अपने हस्बैंड नू ए शो जरूर दिखायो, थानू करन दी लोड़ ही नहीं पैनी। गुरदीप जी ने यह क्या है, एक एक्सपीरियंस वाले बंदे ने यह क्या है कि वो चीज़ों की अहमियत बहुत घट है, सो उन्होंने तुहाडे हस्बैंड नू वैसे ही समझ आ जानी है कि मतलब किन्नी थोड़ी उस चीज़ की वैल्यू घट है, दैन द टाइम स्पेंड टूगैदर द लव यू हैव फॉर ईच अदर। लेट मी टेक अ शॉर्ट ब्रेक एंड कम बैक। सारे का फिर स्वागत है। वर्क सम हाउ हैज़ अ वे टू कम इन बिटवीन रिलेशनशिप्स, कहते ने घट काम ज़्यादा काम करते नहीं हो ज़्यादा करते हो, बट इतने हैगा कि इन्ना काम क्यों करते हो। आई थिंक ये पिछे जरूर देखना पेगा कि डिसकनैक्ट कितने है, यू नो एंड आराम नाल बैठ के शायद इन्हों सोचना भी पेगा कि मेरा पार्ट की है, क्योंकि जो जिस तरह सारे कह रहे हैं कि बैठ के उन्होंने गल करो, आई एम श्योर उन्होंने बड़ी बारी की है, कहते मैं बड़ी बारी की, सानू नहीं चाहिए इन्ना, सानू थोड़ा स्ट्रैस नहीं चाहिए, सानू इन्ना काम नहीं चाहिए, असं थोड़े ज कर लाँगे पर सानू तुसी ज़्यादा चाहिए। बट अंदरों हो सकता है वो जो स्ट्रैस लै रहे ने ईदर एज अ जिमें मैं पहले क्या बिलीफ सिस्टम बचपन तो कि प्रोवाइडर हो होर वड्डा कार वड्डी कार शो ऑफ सोसाइटी नू करना कि मैं कुछ यू नो काबिल हाँ इस चीज़ दे, या फिर कई बार प्रेशर किसी होर सिचुएशन दे विच जिहड़े रिलेट कर पा रहे हैं, बॉस दा यू नो प्रेशर है, या लाइफ स्टाइल तुसी ऐसी बना ली है कि उहदी जरूरतां बिल्स पे करन दा इन्ना प्रेशर है, कोई भी प्रेशर रिगार्डलैस कोई भी प्रेशर होए, इत्थे दोनों पार्टनर्स दे विच डिसकनैक्ट है ते उहदे च करना की चाहिए दा? जरूर दसो। मैं इन्हां नूं पुछदी हां की कह रहे ने। हैलो सत्रीकाल जी, सत्रीकाल, थैंक यू फॉर कॉलिंग हरमिंदर जी, दसो। हाँ मैं कह रही हूँ कि मैनू लगता है वो यूनिडायरेक्शनल है, आई मीन वर्क अल्कोहलिक वी कैन से। मैं और कह रही हूँ कि उसके कोल बच्चा है गया 6 साल का, ते कदी हो ही नहीं सकता कि फादर बच्चे ना ना अटैच हो पे। जिस वक्त घर आए बच्चे दी एक्टिविटीज उनू दिखाए, मोटिवेट होएगा, क्योंकि मैं देखिया कुड़ियां दा अपने प्यो नाल बहुत ज्यादा अटैचमेंट हुंदी है, ते फादर भी बच्चे नाल करदे ने जी जी, ते उन्नू इनवॉल्व करे पे फादर नू बच्चे दे नाल, ते बच्चा ओ थोड़ा अट्रैक्ट होएगा, बच्चा भी खुश होएगा पेरे नाल फादर नाल खेड के, ते फादर भी होएगा, ते हौली हौली ज्यादा टाइम डिवोट करना शुरू कर देगा बच्चे दे उत्ते फैमिली दे उत्ते। एक दूसरा कहिंदा ना पैसा, ते ओ पार्ट टाइम जा उन्हें कहे कि मैं भी काम कर सकती हाँ, बच्चा नू ने टेक केयर करना है, बच्चे नू कहे जब तक स्कूल जाता है बच्चा पार्ट टाइम जॉब कर सकती है, क्योंकि उसके दिमाग च निकल जावे कि भी मेरी नौकरी चली जाएगी तो की होएगा, वो भी कैपेबल हैगी, वो भी काम कर सकती है, तो उन्हें ये भी सिक्योरिटी मिल जाए कि भी वाइफ काम करती है पूरा टाइम नहीं कर सकती, बच्चा छोटा है पार्ट टाइम जॉब कर सकती है, पार्ट टाइम जॉब करे थोड़ी जी सिक्योरिटी आ जाएगी। बाकी काम करदा है गलत काम तो करदा नहीं पिया, लेट हिम डू, ऐसी कोई गल नहीं, पर बच्चे दे थ्रू नु अट्रैक्ट करे कि घर विच इन्वॉल्व होवे, बच्चे नाल ओदे कदे किसी दा बर्थडे है ते पेरेंट्स कठे जान, उस तरह नु इन्वॉल्व करे बच्चे दे थ्रू, ओ होएगा 100% गारंटी है कि बच्चे अट्रैक्ट करदे ने, कुड़ियां अट्रैक्ट करदियां ने। हरमिंदर जी बहुत सही गल कर रहे हो कि प्रोबेबली जेहड़े इत्थे ट्रेट्स दिख रहे हैं ना, एक हुंदा हार्ड वर्क, एक वर्कहोलिक कि तुसी बिना जरूरत दे भी ज्यादा काम कर रहे हो और स्ट्रेस ले रहे हो बहुत, पर हार्ड वर्किंग वुड बी डिफरेंट, क्योंकि हार्ड वर्किंग तुसी बड़ा काम किया जरूरत दे हिसाब नाल, बट देन तुसी जिवें तुसी क्या एक पासा हो सकता है बाकी सब कुछ छोड़ता, तुसी इनवॉल्व रहिंदे हो, एंगेज रहिंदे हो वाइफ नाल बच्चे नाल हार्ड वर्क करदे हो, वो भी कर सकते हो, बट हो सकता है कि ए जी जी कि ए एंगेज नहीं रह रहा जिदा कि उन्हां नू इस वेले कमी महसूस हो रही है। बच्चे नू बाहर लेके जाना, बच्चा भी डिमांड कर सकता है फादर दे नाल, ते फादर भी थोड़ा जा टाइम कढेगा, ओहदे ते डिपेंड करदा है किवें इनवॉल्व करदी ओहनू कर सकदी है, ऐसी कोई गल नहीं है
ਕਿ ਥਰੂ ਚਿਲਡਰਨ ਇਹ ਕੰਮ ਈਜ਼ੀਲੀ ਹੋ ਜਾਂਦਾ ਹੈ। ਵਾਹ, ਬਿਲਕੁਲ ਬਿਲਕੁਲ, ਥੈਂਕ ਯੂ ਸੋ ਮਚ। ਔਰ ਬੜਾ ਅੱਛਾ ਟਿਪ ਹਰਮਿੰਦਰ ਜੀ ਦਾ ਇਹ ਵੀ ਹੈ ਕਿ ਥੋੜ੍ਹਾ ਖੁਦ ਵੀ ਯੂ ਨੋ ਇਨਸਿਸਟ ਕਰੋ। ਕਈ ਵਾਰੀ ਕਈ ਪੇਰੈਂਟਸ ਫਾਦਰਸ ਥੋੜ੍ਹਾ ਕਹਿੰਦੇ ਨਹੀਂ ਤੈਨੂੰ ਲੋੜ ਨਹੀਂ, ਸਿਰਫ ਪੈਸੇ ਦੀ ਲੋੜ ਨਹੀਂ ਹੁੰਦੀ, ਪੈਸੇ ਦਾ ਵੀ ਜਿਵੇਂ ਯੂ ਨੋ ਸਿਕਿਉਰਿਟੀ ਹੋਏਗੀ ਕਿ ਥੋੜ੍ਹਾ ਪਾਰਟ ਟਾਈਮ ਕੰਮ ਕਰ ਰਹੇ ਹਾਂ, ਬਟ ਦੂਜਾ ਤੁਸੀਂ ਜਿਹੜਾ ਕੰਮ ਕਰਨ ਵਾਲੀ ਲੇਡੀ ਹੈ ਉਹ ਸਾਰਾ ਦਿਨ ਘਰ ਬੈਠੇਗੀ, ਫਿਰ ਬੱਚੇ ਨੂੰ ਸੰਭਾਲੇਗੀ, ਅਤੇ ਸ਼ਾਮ ਨੂੰ ਡੈਫੀਨੇਟਲੀ ਇੱਕ ਜਿਹੜੀ ਐਕਸਪੈਕਟੇਸ਼ਨ ਹੈ ਪਾਰਟਨਰ ਤੋਂ ਉਹ ਡਿਫਰੈਂਟ ਹੋਏਗੀ। ਵੈਨ ਯੂ ਆਰ ਆਲਸੋ ਵਰਕਿੰਗ ਤਾਂ ਤੁਹਾਡੀ ਐਕਸਪੈਕਟੇਸ਼ਨ ਵੀ ਇਹ ਡਿਫਰੈਂਟ ਹੋਏਗੀ, ਤੁਹਾਨੂੰ ਇਹ ਨਹੀਂ ਹੋਏਗਾ ਕਿ ਜਦ ਮੇਰੇ ਕੋਲ ਹੋਏ ਤਾਂ 100% ਬਸ ਮੇਰੇ ਕੋਲ ਹੀ ਹੋਏ। ਸੋ ਇਟ ਇਜ਼ ਬੋਥ ਵੇ, ਇਟ ਵਿਲ ਬੀ ਅ ਵਿਨ ਵਿਨ ਸਿਚੁਏਸ਼ਨ। ਅਗਰ ਤੁਸੀਂ ਵੀ ਪਾਰਟ ਟਾਈਮ ਕੁਛ ਜੋਬ ਜੁਆਇਨ ਕਰ ਲੈਂਦੇ ਹੋ, ਜਦਕਿ ਬੱਚਾ ਗਿਆ ਹੋਇਆ ਤਾਂ ਤੁਸੀਂ ਵੀ ਕੁਛ ਕਰਦੇ ਹੋ, ਸੋ ਇਟਸ ਯੂ ਨੋ ਡਬਲ ਉਹਦਾ ਫਾਇਦਾ ਹੈ। ਲੈਟ ਮੀ ਸੀ ਹੋਰ ਕੀ ਕਹਿ ਰਹੇ ਨੇ, ਇਹਨਾਂ ਨੂੰ ਪੁੱਛਦੇ ਹਾਂ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਜੀ। ਕੌਣ ਬੋਲਦੇ ਹੋ ਜੀ? ਮੈਂ ਲੱਜਿਆ ਹੁਣ ਜੀ ਬੋਲ ਰਹੀ ਹਾਂ। ਹਾਂਜੀ, 13 ਸਾਲ ਦੀਆਂ ਜੱਸ ਪੰਜਾਬੀਆਂ, ਬਹੁਤ ਬਹੁਤ ਮੁਬਾਰਕਾਂ। ਥੈਂਕ ਯੂ, ਵਧੇ ਫੁੱਲੇ, ਥੈਂਕ ਯੂ, ਵਧੇ ਫੁੱਲੇ, ਥੈਂਕ ਯੂ, ਥੈਂਕ ਯੂ ਜੀ। ਤੁਹਾਡੇ ਨਾਲ ਹੀ ਅਸੀਂ ਸਾਰਿਆਂ ਨੇ ਇਕੱਠੇ ਹੀ ਯੂ ਨੋ। ਸੋ ਅੱਜ ਜਿਹੜਾ ਵਿਸ਼ਾ ਲਿਆਂਦਾ ਆ ਜੀ, ਦੱਸੋ ਦੇਖੋ, ਬੰਦਾ ਕੰਮ ਵੀ ਕਰੂਗਾ, ਬੱਚੇ ਵੀ ਦੇਖੂਗਾ, ਸਭ ਕੁਛ ਕਰਦਾ। ਹੁਣ ਅਸੀਂ ਆਪਣੇ ਘਰ ਦੇ ਵੇ ਦੇ ਟਰੱਕ ਤੇ ਜਾਂਦਾ, ਆਉਂਦਾ ਮੁੰਡਾ ਬਥੇਰੇ ਲਾਡ ਕਰਦਾ ਮੁੰਡੇ ਨਾਲ, ਬਿਲਕੁਲ ਇਹ ਆਪਣੇ ਦਿਮਾਗ ਦਾ ਵਹਿਮ ਹੁੰਦਾ ਆ ਕਿਹੜਾ, ਜਿਹੜਾ ਬਾਪ ਨਾ ਬੱਚੇ ਨਾਲ ਆਪਣੇ ਨਾਲ ਕੰਮ ਪਿਆਰ ਕਰੇ। ਰਾਈਟ, ਨਹੀਂ ਨਹੀਂ ਬਿਲਕੁਲ ਤੁਸੀਂ ਸਹੀ ਕਹਿੰਦੇ ਹੋ, ਜਿੰਨਾ ਮਰਜ਼ੀ ਜ਼ਿਆਦਾ ਕੰਮ ਕਰੋ, ਜਿੰਨੇ ਕੁ ਘੜੀਆਂ ਕੋਲ ਹੁੰਦੇ ਆ ਉਹ ਇਨਵੋਲਵਡ ਹੁੰਦਾ ਹੈ ਤੁਹਾਡੀ। ਹੁਣ ਸਾਡੀਆਂ ਤਿੰਨ ਕੁੜੀਆਂ, ਕੁੜੀਆਂ ਨੂੰ ਕੀ ਗੱਲ, ਉਹਨੂੰ ਮਾਂ ਪਿਓ ਦਾ ਪਿਆਰ ਨਹੀਂ ਮਿਲਿਆ? ਜੀ 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 ਜੀ, ਬਹੁਤ ਪਿੱਛੋਂ ਆਵਾਜ਼ਾਂ ਆ ਰਹੀਆਂ ਤੁਹਾਡੇ ਨਾ, ਸੋ ਕਲੀਅਰ ਗੱਲ। ਕਾਕਾ ਆਪਣੇ ਦਾਦੇ ਨਾਲ ਲੱਗਾ ਹੈ। ਅੱਛਾ ਜੀ, ਠੀਕ ਹੈ ਠੀਕ ਹੈ ਠੀਕ ਹੈ, ਬਹੁਤ ਵਧੀਆ। ਨਹੀਂ ਤੁਸੀਂ ਸਹੀ ਕਹਿ ਰਹੇ ਹੋ ਬਿਲਕੁਲ। ਸੋ ਥੈਂਕ ਯੂ ਸੋ ਮਚ, ਥੈਂਕ ਯੂ ਸੋ ਮਚ ਕਿ ਯੂ ਨੋ ਉਹੀ ਇੱਕ ਜਿਹੜਾ ਯੂ ਨੋ ਪਿਆਰ ਹੈਗਾ ਉਹ ਸਿਰਫ 15 ਮਿੰਟ ਵੀ ਕੋਈ ਟਾਈਮ ਬਿਤਾਉਂਦਾ ਨਾ ਇਕੱਠੇ, ਅਤੇ ਉਹ ਬੌਂਡ ਵਾਸਤੇ, ਲਾਡ ਕਰਨ ਵਾਸਤੇ, ਜਿਵੇਂ ਹੁਣ ਵੀ ਅਸੀਂ ਦੇਖ ਰਹੇ ਹਾਂ ਬੱਚੇ ਦੇ ਪਿੱਛੋਂ ਆਵਾਜ਼ਾਂ ਆ ਰਹੀਆਂ ਨੇ, ਖੇਡ ਰਹੇ ਹੋ, ਖੁਸ਼ ਹੋ, ਉਹ ਮਹਿਸੂਸ ਨਾ ਹੁੰਦਾ। ਜਿਹੜੀ ਇਹ ਲੇਡੀ ਜਿਨ੍ਹਾਂ ਨੇ ਸਾਡੇ ਨਾਲ ਗੱਲ ਕੀਤੀ ਹੈ ਉਹ ਕੰਪਲੇਨ ਕਰ ਰਹੇ ਹੈ, ਰਾਏ ਪੁੱਛ ਰਹੇ ਹੈ ਇਸ ਪਿੱਛੇ, ਕਿਉਂਕਿ ਆ ਕੇ ਉਹ ਇੰਗੇਜ ਨਹੀਂ ਰਹਿੰਦਾ ਹੋਣਾ, ਉਹ ਆਪਣੇ ਕੰਮ ਦੇ ਵਿੱਚ ਹੀ ਇੰਨਾ ਕ੍ਰਸਤ ਹੈ ਯੂ ਨੋ, ਇੱਕੋ ਪਾਸੇ ਸੋਚ ਰਿਹਾ ਇਸ ਪਿੱਛੇ, ਕਿਉਂਕਿ ਜਿੰਨਾ ਮਰਜ਼ੀ ਤੁਸੀਂ ਜ਼ਿਆਦਾ ਕਰ ਰਹੇ ਹੋ ਪਰ ਤੁਸੀਂ ਇਨਵੋਲਵਡ ਹੋ, ਤੁਸੀਂ ਬੱਚਿਆਂ ਦੀ ਇੰਗੇਜਡ ਹੋ, ਅੱਜ ਇਹਨੇ ਕੀ ਕੀਤਾ ਯੂ ਨੋ, ਖੇਡ ਰਹੇ ਹੋ ਉਹਦੇ ਨਾਲ, ਤੁਹਾਨੂੰ ਖਬਰ ਹੈ ਕਿ ਤੁਸੀਂ ਵਾਈਫ ਦੇ ਨਾਲ ਕੀ ਚੱਲ ਰਿਹਾ, ਬੱਚੇ ਨਾਲ ਕੀ ਚੱਲ ਰਿਹਾ, ਅਤੇ ਫਿਰ ਨੰਬਰ ਆਫ ਆਵਰਸ ਇਜ਼ ਨੋਟ ਦ ਓਨਲੀ ਥਿੰਗ। ਸੋ ਜ਼ਰੂਰ ਕਾਲ ਕਰਕੇ ਇਹਨਾਂ ਨਾਲ ਗੱਲ ਕਰੋ। ਲੈਟ ਮੀ ਟੇਕ ਅ ਸ਼ਾਰਟ ਬ੍ਰੇਕ। ਸਾਰਿਆਂ ਦਾ ਫਿਰ ਸਵਾਗਤ ਹੈ। ਗੱਲ ਹੋ ਰਹੀ ਹੈ ਪਾਰਟਨਰਸ ਦੇ ਵਿੱਚ, ਬਿਲਕੁਲ ਜਿਸ ਤਰ੍ਹਾਂ ਅਸੀਂ ਗੱਲ ਕਰ ਰਹੇ ਹਾਂ ਕਿ ਕੰਮ ਤਾਂ ਬੜੀ ਵਧੀਆ ਗੱਲ ਹੈ, ਇਟਸ ਗੁੱਡ, ਬਟ ਸਮ ਹਾਓ ਦੇਰ ਇਜ਼ ਅ ਡਿਸਕਨੈਕਟ, ਹੀ ਇਜ਼ ਨੋਟ ਇਨਫ ਇੰਗੇਜਡ, ਘਰ 'ਚ ਪੂਰੀ ਤਰ੍ਹਾਂ ਇੰਗੇਜ ਨਹੀਂ ਹੈ, ਬਟ ਇਹ ਕੀ ਕਰ ਸਕਦੀ ਹੈ, ਜੋ ਸਾਨੂੰ ਪੁੱਛ ਰਹੀ ਹੈ ਉਹ ਕੀ ਕਰ ਸਕਦੀ ਹੈ, ਆਪਣਾ ਰੋਲ ਕੀ ਹੈ, ਬਿਕੋਜ਼ ਸ਼ੀ ਹੈਜ਼ ਟੂ ਆਸਕ ਹਰ ਸੈਲਫ, ਬਾਰ ਬਾਰ ਸਿਰਫ ਕਹਿਣ ਨਾਲ ਕਿਉਂ ਇੰਨਾ ਕੰਮ ਕਰਦੇ ਹੋ, ਇਟਸ ਨੋਟ ਗੋਇੰਗ ਟੂ ਵਰਕ। ਸੋ ਆਪ ਕੀ ਕਰ ਸਕਦੇ ਹੋ, ਕੀ ਤੁਹਾਡੀ ਰਾਏ ਹੈ ਜ਼ਰੂਰ ਦੱਸੋ, ਕਿਉਂਕਿ ਪਾਰਟਨਰਸ ਦੇ ਵਿੱਚ ਉਹ ਜੋਬ ਦੇ ਵਿੱਚ ਸਟ੍ਰੈਸ ਲੈ ਰਿਹਾ ਹੈ, ਜ਼ਿਆਦਾ ਗੱਲ ਨਹੀਂ ਕਰ ਰਿਹਾ ਜਾਂ ਕਰ ਵੀ ਰਿਹਾ ਅਤੇ ਦਿਮਾਗ ਦੇ ਵਿੱਚ ਜਾਂ ਫਿਜ਼ੀਕਲੀ ਕੰਮ ਘਰ ਦੇ ਵਿੱਚ ਵੀ ਉਹੀ ਕਰ ਰਿਹਾ, ਅਤੇ ਉੱਥੇ ਕਿਤੇ ਤਾਂ ਬ੍ਰੇਕ ਦੇਣੀ ਪਏਗੀ। ਐਂਡ ਹਾਊ ਡੂ ਯੂ ਹੈਲਪ ਐਜ਼ ਅ ਪਾਰਟਨਰ, ਹਾਊ ਡੂ ਯੂ ਹੈਲਪ, ਲੈਟਸ ਸੀ ਕੀ ਕਹਿ ਰਹੇ ਨੇ, ਇਹਨਾਂ ਨੂੰ ਪੁੱਛਦੇ ਹਾਂ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ। ਤੁਹਾਨੂੰ ਪੁੱਛਣ ਲਈ, ਇਹ ਕਿਸੇ ਅਮੀਰ ਘਰ ਚੋਂ ਆਈ ਆ, ਇਹਨਾਂ ਦੇ ਜਿਹੜੇ ਬਾਪ ਜਾਂ ਭਰਾ ਹੋਣਗੇ ਉਹਨਾਂ ਨੂੰ ਖੁੱਲੀ ਮਾਇਆ ਪਿੱਛੋਂ ਮਿਲ ਗਈ ਹੋਣੀ ਆ, ਤੇ ਉਹਨਾਂ ਹੋਣੇ ਆ, ਤੇ ਇਹ ਕਹਿੰਦੀ ਵੀ ਗਾਂ ਵੀ ਇੱਦਾਂ ਦਾ ਮਿਲ ਜਾਂਦਾ। ਨੰਬਰ 1, ਜਿਹੜਾ ਦੂਜੇ ਪਾਸੇ ਭਾਈ ਆ ਉਹ ਹੋ ਸਕਦਾ ਮੇਰੇ ਵਰਗਾ ਗਰੀਬ ਪਰਿਵਾਰ ਚੋਂ ਹੋਵੇ, ਹੈ ਮੈਂ ਵੀ ਆਪਣੇ ਪਹਿਲੀ ਤੋਂ ਸਟਾਰਟ ਹੋ ਕੇ ਤਾਂ ਕਰੋੜਾਂ ਤੱਕ ਕੰਮ ਪਹੁੰਚਾਇਆ, ਤੇ ਇਹ ਵੀ ਜ਼ਰੂਰੀ ਹੈ
ਜੈਨ ਸਿੰਘ ਜੀ ਬਿਲਕੁਲ ਸਹੀ ਕਹਿ ਰਹੇ ਹੋ ਕਿ ਇਹ ਨਹੀਂ ਮੈਨੂੰ ਪਤਾ ਕਿ ਉਹ ਵਾਕਈ ਅਮੀਰ ਚੁੱਕੇ, ਪਰ ਦੇਖਣਾ ਪਏਗਾ ਕਿ ਇਹ ਖਾਲੀ ਕੰਮ ਦੀ ਗੱਲ ਨਹੀਂ ਹੈ, ਬਈ ਐਨਾਲਾਈਜ਼ ਕਰਨਾ ਪਏਗਾ ਕਿ ਐਸਾ ਡਿਸਕਨੈਕਟ ਕਿਉਂ ਹੈ, ਕਿਉਂ ਇਹਨਾਂ ਨੂੰ ਘੱਟ ਚਾਹੀਦਾ ਹੈ ਅਤੇ ਉਹਨਾਂ ਨੂੰ ਜ਼ਿਆਦਾ ਚਾਹੀਦਾ, ਉਹ ਬੈਠ ਕੇ ਸੋਚ ਕੇ ਰਿਫਲੈਕਟ ਕਰਨਾ ਪਏਗਾ। ਹਰ ਇੱਕ ਦੀ ਆਪਣੀ ਸੋਚ ਹੁੰਦੀ ਹੈ, ਆਪਣੇ ਬਹੁਤ ਬਹੁਤ ਬੀਬੀਆਂ ਕਹਿੰਦੀਆਂ ਵੀ ਚਲੋ ਸਾਡੇ ਕੋਲ ਪੈਸਾ ਆ ਜਾਊਗਾ, ਅਸੀਂ ਆਰਾਮ ਨਾਲ ਜ਼ਿੰਦਗੀ ਬਾਕੀ ਬਸਰ ਕਰਾਂਗੇ, ਕੱਲ ਨੂੰ ਕੋਈ ਵੀ ਹਵੀ ਨਵੀ ਹੋ ਜਾਏ ਤਾਂ ਅਸੀਂ ਚੱਲ ਸਕਾਂਗੇ, ਇਹ ਟਾਈਮ ਹੁੰਦਾ ਪੈਸੇ ਕਮਾਉਣ ਦਾ, ਹੈ ਨਾ। ਐਡੀ ਗਲਤ ਨਹੀਂ ਵੀ ਉਹ ਨਾ ਇਹਨੂੰ ਕਰਦਾ ਹੋਵੇ, ਬਾਕੀ ਇਹਦੀ ਇਹਨੂੰ ਪਿਆਰ ਨਾਲ ਹੀ ਸਮਝਾਇਆ ਜਾ ਸਕਦਾ, ਜੇ ਉਲਟਾ ਉਹਦਾ ਨੁਕਸਾਨ ਕਰੂਗੀ ਤਾਂ ਫਿਰ ਇਹ ਥੋੜਾ ਵੀ ਇੰਨਾ ਪਿਆਰ ਵਧਾਊਗਾ, ਆਰਗੂਮੈਂਟ ਨਹੀਂ ਚਾਹੀਦਾ। ਹਾਂਜੀ, ਉੱਠ ਕੇ ਕਹਿੰਦੇ ਜੇ ਤਾਂ ਉਹ ਜੀ ਕਮਾਈ ਇਹ ਅੜਾਵੇ ਹੈ ਤੇ ਫਿਰ ਹੋਰ ਜ਼ਿਆਦਾ ਕੰਮ ਖਰਾਬ ਹੋ ਗਿਆ। ਇਸ ਬੀਬੀ ਨੂੰ ਪਿਆਰ ਨਾਲ ਤਰੀਕੇ ਨਾਲ ਢੰਗ ਨਾਲ ਹੀ ਉਹਨਾਂ ਗੱਲ ਕਰਨੀ ਚਾਹੀਦੀ ਆ, ਬੱਚਾ ਹੋ ਗਿਆ ਬੱਚੇ ਨਾਲ ਰਲ ਕੇ ਪਿਆਰ ਕਰੋ, ਘੁੰਮਣ ਫਿਰਨ ਜਾਓ ਕਰੋ, ਜੋ ਵੀ ਉਹਨੇ ਠੀਕ ਨੇ। ਇਹ ਜਿਹੜਾ ਪਿਆਰ ਹੈ ਇਹ ਪਿਆਰ ਨਾਲ ਹੀ ਗੱਲ ਬਣ ਰਹੀ ਹੈ, ਜ਼ੋਰ ਨਾਲ ਤੁਸੀਂ ਪਿਆਰ ਕਿਸੇ ਨਹੀਂ ਲੈ ਸਕਦੇ। ਸਹੀ ਹੈ, ਬਿਲਕੁਲ। ਹਾਂਜੀ, ਕਹੋ ਨਾ ਤੁਸੀਂ ਕੋਲੋਂ ਅਸੀਂ ਪਿਆਰ ਲੈ ਲਈਏ, ਜ਼ੋਰ ਪਾ ਕੇ ਉਹਨੂੰ ਤਾਂ ਬੁਰਾ ਭਲਾ ਕਰਕੇ ਉਹ ਨਹੀਂ ਮਿਲ ਸਕਦਾ, ਨਹੀਂ ਹੋ ਸਕਦਾ। ਪਿਆਰ ਦੇਣਾ ਪਊ, ਪਿਆਰ ਕਰਨਾ ਪਊ, ਫਿਰ ਤੁਹਾਨੂੰ ਉਹ ਤੋਂ ਪਿਆਰ ਮਿਲੂਗਾ। ਬਿਲਕੁਲ, ਥੈਂਕ ਯੂ ਸੋ ਮਚ ਗਿਆਨ ਸਿੰਘ ਜੀ, ਬਿਲਕੁਲ ਸਹੀ ਕਹਿ ਰਹੇ ਹੋ ਕਿ ਇਹ ਜ਼ੋਰ ਨਾਲ ਨਹੀਂ ਗੱਲ ਹੋਣੀ, ਬਾਰ ਬਾਰ ਨਾਲੇ ਇਸ ਚੀਜ਼ ਦਾ ਆਰਗੂਮੈਂਟ ਵੀ, ਜਿਵੇਂ ਹਰ ਵਾਰੀ ਤੁਸੀਂ ਕੰਪਲੇਨ ਹੀ ਕਰ ਰਹੇ ਹੋ ਤੁਸੀਂ ਫਿਰ ਬੜਾ ਕੰਮ ਕਰਦੇ ਹੋ, ਉਹ ਕੰਮ ਨਹੀਂ ਕਰੇਗਾ, ਦੈਟਸ ਨਾਟ ਗੋਇੰਗ ਟੂ ਵਰਕ ਜੀ। ਹੁਣ ਦੇਖੋ ਨਾ ਜਿੱਦਾਂ ਸਾਡੇ ਭਾਈ ਸਾਹਿਬ ਕਿੰਨੇ ਸਿਆਣੇ ਆ, ਨੋਟ ਵੀ ਸਾੜਦੇ ਰਹੇ ਆ, ਤੁਸੀਂ ਸਾੜੀਆਂ ਵੀ ਕਹਿੰਦੇ ਸਾੜਦੇ ਹੋ ਤੇ ਭਾਂਡੇ ਵੀ ਖਰਾਬ ਦੇ ਹੋ ਘਰ ਵਿੱਚ, ਏਦਾਂ ਥੋੜੋ ਗੱਲ ਬਣਦੀ ਆ, ਉਹਦੇ ਉਹਨਾਂ ਦੇ ਘਰ ਬਣ ਗਈ ਹੋਊਗੀ, ਪਰ ਮੇਰੇ ਹਿਸਾਬ 'ਚ ਨਹੀਂ ਬਣਦੀ, ਪਿਆਰ ਨਾਲ ਗੱਲ ਬਣਦੀ ਆ। ਬਹੁਤ ਵਧੀਆ, ਥੈਂਕ ਯੂ ਸੋ ਮਚ ਗਿਆਨ ਸਿੰਘ ਜੀ। ਬਾਕੀ ਹਰ ਇੱਕ ਦਾ ਜਿਹੜਾ ਯੂ ਨੋ ਆਂਸਰ ਹੈ, ਇੱਕ ਪਰਸਨਲ ਆਂਸਰ ਹੁੰਦਾ, ਅਨਟਿਲ ਐਂਡ ਅਨਲੈਸ ਕਿਸੇ ਹੋਰ ਵੱਲੋਂ, ਵੀ ਆਰ ਨਾਟ ਗੋਇੰਗ ਟੂ ਕਮੈਂਟ ਔਨ ਅਦਰ ਪੀਪਲਸ ਕਮੈਂਟਸ, ਕਿਉਂਕਿ ਉਹ ਕਿਸ ਪੁਆਇੰਟ ਆਫ ਵਿਊ ਨਾਲ ਕਿਹਾ, ਟਾਈਮ ਹੈ ਕਿਹਾ ਕਿ ਉਹ ਤਾਂ ਖਾਲੀ ਦਿਖਾ ਦੇਣਾ ਹੀ ਇਨਫ ਹੋਏਗਾ, ਕਰਨ ਦੀ ਲੋੜ ਨਹੀਂ ਪੈਣੀ ਲੇਡੀ ਨੂੰ। ਪਰ ਦ ਹੋਲ ਥਿੰਗ ਇਜ਼ ਕਿ ਅਸੀਂ ਖੁਦ ਕੀ ਕਰਨਾ ਹੈ, ਯੂ ਰੀਅਲੀ ਹੈਵ ਟੂ ਨੋ ਕਿ ਮਤਲਬ ਆਪਣੇ ਵੱਲੋਂ ਅਸੀਂ ਕੀ ਕਰ ਸਕਦੇ ਹਾਂ। ਖਾਲੀ ਗੱਲਾਂ, ਖਾਲੀ ਬਾਰ ਬਾਰ ਕਹਿਣਾ ਨਹੀਂ ਕੰਮ ਕਰੋ ਇੰਨਾ, ਮੈਨੂੰ ਨਹੀਂ ਚਾਹੀਦਾ, ਮੈਨੂੰ ਲੱਗਦਾ ਕਿ ਉਹ ਇੰਨਾ ਇਫੈਕਟਿਵ ਨਹੀਂ ਹੋਏਗਾ, ਕਿਉਂਕਿ ਅੰਦਰੋਂ ਬੈਠ ਕੇ ਦੇਖੀ ਕਿ ਅਲਟੀਮੇਟਲੀ ਉਹਦੀ ਇਨਸਿਕਿਉਰਿਟੀ ਕੀ ਹੈ, ਉਹ ਸਟ੍ਰੈਸ ਕਿਉਂ ਲੈਂਦਾ। ਇੱਕ ਤਾਂ ਪਰਸਨੈਲਿਟੀ ਟਾਈਪ ਹੈ ਕਿ ਮੈਂ ਸਾਰਾ ਕੁਝ ਬੈਸਟ ਕਰਨਾ, ਮੈਂ ਅਵਲ ਕਰਨਾ, ਮੈਂ ਟੌਪ 'ਤੇ ਹੀ ਰਹਿਣਾ, ਯੂ ਨੋ ਇਹ ਪਰਸਨੈਲਿਟੀਜ਼ ਹੁੰਦੀਆਂ। ਉਦੋਂ ਤੁਸੀਂ ਕੰਮ ਕਰਨ ਵਾਸਤੇ ਕਿ ਨਹੀਂ ਇਟਸ ਓਕੇ, ਅੱਛੀ ਪੜ੍ਹਾਈ ਕਰ ਲਈ, ਨੰਬਰ ਚੰਗੇ ਆ ਗਏ, ਟੌਪ 'ਤੇ ਹੋ ਗਏ, ਅੱਛੀ ਜੌਬ ਮਿਲ ਗਈ, ਉਹ ਸਾਰਾ ਕੁਝ ਹੋ ਗਿਆ, ਇਹ ਸਾਰਾ ਕੁਝ ਕਿਸੇ ਚੀਜ਼ ਪਿੱਛੇ ਤੁਸੀਂ ਉਹ ਡਿਸਿਪਲਿਨ ਰੱਖਿਆ ਸੀ। ਪਰ ਅਗਰ ਜ਼ਿੰਦਗੀ ਉਹਦੇ ਵਿੱਚ ਹੀ ਕੱਟਤੀ ਕਿ ਤੁਸੀਂ ਸੈਡ ਹੋ, ਤੁਸੀਂ ਸਟ੍ਰੈਸਡ ਹੋ, ਤਾਂ ਉਹ ਕਿਹਦੇ ਪਿੱਛੇ? ਤੁਸੀਂ ਪੜ੍ਹੇ ਸੀਗੇ ਤਾਂ ਕਿ ਤੁਹਾਡੇ ਅੱਛੀ ਡਿਗਰੀ ਆ ਜਾਏ, ਹੁਣ ਡਿਗਰੀ ਵੀ ਆ ਗਈ, ਡਿਗਰੀ ਲਈ ਸੀ ਕਿ ਜੌਬ ਆ ਜਾਏ, ਜੌਬ ਵੀ ਆ ਗਈ, ਪਰ ਇਹ ਦੌੜ ਕਿੱਥੇ ਹੈ, ਕਿੱਥੇ ਮੁੱਕਣੀ ਹੈ, ਕਿਸ ਚੀਜ਼ ਨੂੰ ਲੈ ਕੇ ਤੁਸੀਂ ਅੱਗੇ ਅੱਗੇ ਜਾ ਰਹੇ ਹੋ ਨਾ। ਆਲ ਦੋਜ਼ ਥਿੰਗਸ ਆਰ ਯੂਸਫੁਲ, ਅਸੀਂ ਬੱਚਿਆਂ ਨੂੰ ਕਹਿੰਦੇ ਹਾਂ ਪੜ੍ਹੋ, ਯੂ ਨੋ ਅੱਛੇ ਨੰਬਰ ਲਓ, ਅੱਛੇ ਡਿਗਰੀ ਲਓ, ਪਰ ਜਦੋਂ ਉਹ ਚੀਜ਼ਾਂ ਹੋ ਗਈਆਂ ਤਾਂ ਕਿਸ ਚੀਜ਼ ਵਾਸਤੇ ਅੱਗੇ ਹੋਰ ਦੌੜ ਰਹੇ ਹਾਂ? ਇਹ ਚੀਜ਼ ਬੈਠ ਕੇ ਰਿਫਲੈਕਟ ਕਰਨ ਦੀ ਲੋੜ ਹੈ। ਦੂਜੇ ਪਾਸੇ ਲੇਡੀ ਨੂੰ ਵੀ ਕਿ ਬਹੁਤ ਜ਼ਿਆਦਾ ਸਿਰਫ ਤੁਸੀਂ ਅਗਰ ਨਿਰਭਰ ਕਰ ਰਹੇ ਹੋ ਕਿ ਮੈਨੂੰ ਖੁਸ਼ੀ ਦੇਗਾ, ਮੈਨੂੰ ਪੀਸ ਮਿਲੇਗੀ ਉਹਦੇ ਥਰੂ ਹੀ, ਜਦੋਂ ਉਹ ਸਟ੍ਰੈਸ ਨਹੀਂ ਹੋਏਗਾ, ਤੁਹਾਨੂੰ ਆਪਣੇ ਆਪ ਨੂੰ ਇੱਕ ਕੰਮ ਪਹਿਲੇ ਕਰਨਾ ਪਏਗਾ ਦੂਜੇ ਦਾ ਸਟ੍ਰੈਸ ਘਟਾਉਣ ਵਾਸਤੇ, ਡੋਂਟ ਯੂ ਥਿੰਕ ਸੋ? ਸੋ ਇਹਦੇ ਵਾਸਤੇ ਮੈਨੂੰ ਲੱਗਦਾ ਪਾਰਟਨਰ ਨੂੰ, ਜਿਵੇਂ ਹਰਮਿੰਦਰ ਜੀ ਨੇ ਕਿਹਾ ਕਿ ਯੂ ਨੋ ਬੱਚੇ ਦੇ ਥਰੂ ਥੋੜ੍ਹਾ ਮੋਹ, ਥੋੜ੍ਹਾ ਉਹਨੂੰ ਜੋ ਅੱਛਾ ਲੱਗਦਾ, ਲੌਂਗ ਡਰਾਈਵ ਕਹਿ ਲਓ, ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਉਹਨੂੰ ਇੰਜੋਏ ਕਰਦੀਆਂ, ਫਿਰ ਉਹਨੂੰ ਅਹਿਸਾਸ ਹੋਏਗਾ ਕਿ ਹਾਂ ਮੈਂ ਇਸ ਵੇਲੇ ਬਿਲਕੁਲ ਰਿਲੈਕਸ ਹੋ ਜਾਂਦਾ, ਮੈਨੂੰ ਇਹ ਰੂਟੀਨ ਬਣਾਉਣਾ ਚਾਹੀਦਾ, ਮੈਂ ਬੱਚੇ ਨਾਲ ਖੇਡਦਾ, ਮੈਂ ਬਿਲਕੁਲ ਬੇਫਿਕਰ ਹੋ ਜਾਂਦਾ, ਮੇਰੇ ਮਸਲਸ ਜਿਹੜੇ ਟੈਂਸਡ ਹੁੰਦੇ ਆ ਉਹ ਠੀਕ ਹੋ ਜਾਂਦੇ। ਜੇ ਮੈਂ ਲੌਂਗ ਡਰਾਈਵ 'ਤੇ ਸ਼ਾਮ ਨੂੰ ਇਹਨਾਂ ਨਾਲ ਨਿਕਲ ਜਾਂਦਾ ਤਾਂ ਮਤਲਬ ਮੇਰੀ ਟੈਨਸ਼ਨ ਅੱਧੀ ਮੁੱਕ ਜਾਂਦੀ ਹੈ, ਆਈ ਫੀਲ ਵੈਰੀ ਗੁੱਡ। ਉਹ ਐਕਸਪੀਰੀਅੰਸ ਦਵਾ ਕੇ ਇੱਕ ਆਦਤ ਅੱਛੀਆਂ ਆਦਤਾਂ ਬਣਨੀਆਂ ਪੈਣਗੀਆਂ ਕਿ ਮਤਲਬ ਯੂ ਨੋ ਟਾਈਮ ਸਪੈਂਡਿੰਗ ਟਾਈਮ ਉਹਦੇ ਨਾਲ। ਅਨਦਰ ਪੁਆਇੰਟ ਇਜ਼ ਕਿ ਲਿਸਨ, ਜਦੋਂ ਮੈਨੂੰ ਲੱਗਦਾ ਕਿਸੇ ਇੱਕ ਬੜੇ ਅੱਛੇ ਕਿਸੇ ਕੰਪਨੀ ਦੇ ਕਾਰਪੋਰੇਟ ਵਰਲਡ 'ਚੋਂ ਸੀਗਾ ਕਿਸੇ ਦਾ, ਕਿ ਮੈਨੂੰ ਨਾਮ ਨਹੀਂ ਯਾਦ ਇਸ ਵੇਲੇ, ਕਿ ਉਹਨਾਂ ਨੇ ਕਿਹਾ ਮੇਰੀ ਵਾਈਫ ਬੜੀ ਸਟ੍ਰੈਸਫੁਲ ਜੋਬ 'ਚ, ਤਾਂ ਮੈਂ ਕੀ ਕਰਦਾ, ਜਦਕਿ ਸ਼ੁਰੂ ਅਸੀਂ ਕੀਤਾ ਸੀ ਜਦੋਂ ਮੈਂ ਸਟ੍ਰੈਸ ਸੀਗਾ ਜੋਬ ਕਰਕੇ, ਕਿ ਹੁਣ ਜਦੋਂ ਆਉਂਦੀ ਹੈ ਨਾ ਤਾਂ ਮੈਂ 15-20 ਮਿੰਟ ਉਹਨੂੰ ਸੁਣਦਾ ਪੂਰੀ ਤਰ੍ਹਾਂ, ਨਾ ਮੈਂ ਰਾਏ ਦਿੰਦਾ, ਨਾ ਮੈਂ ਟੋਕਦਾ,
ਕਿ ਇੰਝ ਹੋਇਆ ਇੰਝ ਹੋਇਆ ਇੰਝ ਐਕਸਪੈਕਟ ਕਰ ਰਹੇ ਨੇ ਆਫਿਸ 'ਚ ਇਹ ਹੋ ਰਿਹਾ ਸਾਰਾ ਕੁਛ ਸੁਣਨਾ ਸੋ ਪਹਿਲੇ ਉਹਨਾਂ ਨੂੰ ਸੁਣੋ ਲਿਸਨ ਕਰਨਾ ਬਹੁਤ ਜ਼ਰੂਰੀ ਹੈ ਐਂਡ ਫਿਰ ਇੱਕ ਪੋਜ਼ਿਟਿਵ ਸਪੋਰਟ ਦੇਣੀ ਜ਼ਰੂਰੀ ਹੈ ਕਿ ਅੱਛਾ ਇਹ ਪ੍ਰੋਬਲਮ ਆ ਰਹੀ ਹੈ ਪਰ ਤੁਹਾਡੀ ਇਹ ਸਟਰੈਂਥ ਹੈ ਤੁਸੀਂ ਤਾਂ ਹਮੇਸ਼ਾ ਇਹ ਕਰ ਲੈਂਦੇ ਹੋ ਯੂ ਆਰ ਵੈਰੀ ਗੁੱਡ ਐਟ ਇਟ ਸੋ ਪੋਜ਼ਿਟਿਵਲੀ ਤੁਸੀਂ ਉਹਨਾਂ ਨੂੰ ਕਰਦੇ ਹੋ ਔਰ ਫਿਰ ਥੋੜ੍ਹੀ ਡਿਨਰ ਵੇਲੇ ਡਿਨਰ ਤੋਂ ਬਾਅਦ ਕਿ ਬਸ ਇਹ ਇਹ ਸੋਲਵ ਕਰ ਲਵਾਂਗੇ ਤਾਂ ਅਸੀਂ ਗੱਲ ਕਰ ਚੁੱਕੇ ਹਾਂ ਤੁਸੀਂ ਇੰਝ ਕਰਨਾ ਕੱਲ੍ਹ ਜਾ ਕੇ ਗੱਲ ਖਤਮ ਹੈ ਇਹ ਤਾਂ ਕਿ ਉਸ ਚੀਜ਼ ਤੋਂ ਹਟ ਕੇ ਉਹ ਤੁਹਾਡੇ ਵੱਲ ਯੂ ਨੋ ਹੋਰ ਚੀਜ਼ਾਂ ਦੇ ਵਿੱਚ ਆਉਣ ਸੋ ਕਈ ਚੀਜ਼ਾਂ ਹੈ ਜਿਹੜੀਆਂ ਕਿ ਬਹੁਤ ਧਿਆਨ ਦੇਣਾ ਪੈਂਦਾ ਕਿ ਹਰ ਵੇਲੇ ਦਿਮਾਗ ਵਰਕ 'ਚ ਨਾ ਰਹੇ ਵਿਚ ਇਜ਼ ਨੋਟ ਹੈਲਦੀ ਐਟ ਆਲ ਸੋ ਬੇਸ਼ੱਕ ਉਹਨਾਂ ਨੂੰ ਇਹ ਵਾਲਾ ਯੂ ਨੋ ਐਪੀਸੋਡ ਤੁਸੀਂ ਦਿਖਾਉਣਾ ਕਿਉਂਕਿ ਬਹੁਤ ਜ਼ਰੂਰੀ ਹੈ ਕਿ ਆਊਟਸਾਈਡ ਵਰਕ ਦੀਆਂ ਤੁਹਾਡੀਆਂ ਐਕਟੀਵਿਟੀਜ਼ ਹੋਣ ਭਾਵੇਂ ਉਹਨਾਂ ਦੀ ਗਾਣਾ ਗਾਣਾ ਹੋਏ ਭਾਵੇਂ ਕਿਸੇ ਨੂੰ ਮਿਲਣਾ ਹੋਏ ਭਾਵੇਂ ਗੋਲਫ ਹੋਏ ਭਾਵੇਂ ਕੁਛ ਵੀ ਹੋਏ ਯੂ ਨੋ ਸੋ ਜ਼ਰੂਰ ਮੈਨੂੰ ਕਾਲ ਕਰੋ ਕਿ ਉਹ ਜਿਹੀਆਂ ਕਿਹੜੀਆਂ ਚੀਜ਼ਾਂ ਹੋ ਸਕਦੀਆਂ ਜਿਹੜੀਆਂ ਕਿ ਤੁਸੀਂ ਕਰ ਸਕਦੇ ਹੋ ਔਰ ਉਹਨਾਂ ਤੋਂ ਕਰਵਾ ਸਕਦੇ ਹੋ ਵਿਚ ਵਿਲ ਮੇਕ ਦਿਸ ਰਿਲੇਸ਼ਨਸ਼ਿਪ ਬੈਟਰ ਲੈਟ ਮੀ ਟੇਕ ਅ ਸ਼ੋਰਟ ਬ੍ਰੇਕ ਐਂਡ ਕਮ ਵੈਲਕਮ ਬੈਕ ਸਾਰਿਆਂ ਦਾ ਫਿਰ ਸਵਾਗਤ ਹੈ ਲੈਟਸ ਸੀ ਹੋਰ ਕੀ ਕਹਿ ਰਹੇ ਨੇ ਇਹਨਾਂ ਨੂੰ ਪੁੱਛਦੇ ਹਾਂ ਹੈਲੋ ਹੈਲੋ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਰਤਨ ਜੀ ਓ ਮਾਈ ਗੋਡ ਮੈਡਮ ਮੈਂ ਉਹਦਾ 15 ਮਿੰਟ ਹੋਇਆ ਲਾਏ ਨੂੰ ਪਰ ਮੈਂ ਸਬਜੈਕਟ ਸਮਝ ਗਿਆ ਹੈਗਾ ਅੱਛਾ ਤੁਹਾਡਾ ਲੱਗੀਆਂ ਸੁਣਨ ਜਾਣੇ ਬਾਕੀ ਜਾਣ ਮਸਾਣ ਸਹੀ ਕਹਿੰਦੇ ਹੋ ਸਹੀ ਕਹਿੰਦੇ ਹੋ ਹਾਂਜੀ ਬਟ ਰਤਨ ਜੀ ਤੁਸੀਂ ਬਸ ਕਾਲ ਕਰਤੀ ਸਾਨੂੰ ਸਾਡਾ ਦਿਨ ਵੈਸੇ ਹੀ ਬਣ ਗਿਆ ਔਰ ਅੱਜ ਦੇ ਦਿਨ ਜਦੋਂ ਅਸੀਂ ਇੱਕ ਤਰ੍ਹਾਂ ਨਾਲ ਆਪਣੀ ਐਨਿਵਰਸਰੀ ਵੀ ਮਨਾ ਰਹੇ ਹਾਂ ਤੁਸੀਂ ਸਾਡੇ ਨਾਲ ਸ਼ੁਰੂ ਤੋਂ ਜੁੜੇ ਹੋਏ ਹੋ ਔਰ ਤੁਹਾਡੀ ਭਾਵੇਂ ਤੁਸੀਂ ਕਾਲ ਨਾ ਵੀ ਕਰੋ ਸਾਨੂੰ ਪਤਾ ਹੈ ਕਿ ਤੁਸੀਂ ਸਾਡੇ ਨਾਲ ਹੋ ਤੁਹਾਡਾ ਹੱਥ ਸਾਡੇ ਸਿਰ ਤੇ ਹੈ ਸਾਡੇ ਨਾਲ ਹੈ ਜੱਟ ਜੱਟ ਪੰਜਾਬੀ ਦੀ ਇਹਦਾ ਜਿਹੜਾ ਖਲਾਕ ਆ ਉਹ ਬੜਾ ਹਕਮ ਤਾਲ ਵਾਲਾ ਹੈਗਾ ਇਨਸਾਫ ਵਾਲਾ ਹੈਗਾ ਸੱਚ ਵਾਲਾ ਹੈਗਾ ਤਰੀ ਦੀ ਜੱਟ ਹੈ ਜੱਟ ਪੰਜਾਬੀ ਦੀ ਔਰ ਇਦਾਂ ਹੀ ਚੜ੍ਹਤਾਂ ਰਹਿਣਗੀਆਂ ਮਾੜੀ ਗੱਲ ਨਹੀਂ ਹੈ ਪਰ ਉਹ ਇੰਨਾ ਜ਼ਿਆਦਾ ਕਰਦਾ ਉਹ ਕਹਿੰਦੀ ਹੈ ਟਾਈਮ ਗੁਜ਼ਰੀ ਜਾ ਰਿਹਾ ਹੈ ਤੇ ਮੈਂ ਤੇ ਮੇਰੀ 6 ਸਾਲ ਦੀ ਕੁੜੀ ਉਹਨੂੰ ਮਿਸ ਕਰਦੇ ਆ ਹਰ ਇੱਕ ਨੂੰ ਵੱਧ ਤੋਂ ਵੱਧ ਆਪਣੀ ਪ੍ਰੈਜੈਂਸ ਆਪਣੀ ਫੈਮਿਲੀ ਦੇ ਨਾਲ ਦੇਣੀ ਚਾਹੀਦੀ ਹੈ ਕੰਮ ਕਰਨਾ ਬਹੁਤ ਚੰਗੀ ਗੱਲ ਹੈ ਚਾਹੀਦਾ ਇੱਕ ਵਸੀਲਾ ਜ਼ਿੰਦਗੀ ਜਿਉਣ ਦਾ ਹੈਗਾ ਪਰ ਉਹ ਉਹਨਾਂ ਨੂੰ ਇਹ ਅਹਿਸਾਸ ਜ਼ਰੂਰ ਹੋਣਾ ਚਾਹੀਦਾ ਕਿ ਜੋਲੋ ਓਨਲੀ ਵਨ ਐਂਡ ਓਨਲੀ ਵਨ ਲਾਈਫ ਇਹ ਪਰਮਾਤਮਾ ਦਾ ਗਿਫਟ ਦਿੱਤਾ ਹੈ ਸ਼ੁੱਡ ਬੀ ਇੰਜੋਇਡ ਮੈਕਸਿਮਮ ਇੱਕ ਲਾਈਫ ਹੈ ਸ਼ੁੱਡ ਟੇਕ ਆਊਟ ਆਫ ਇਟ ਐਸ ਮਚ ਐਸ ਯੂ ਕੈਨ ਜਿੰਨਾ ਵੀ ਇਸ ਤੋਂ ਵੱਧ ਕੱਢ ਸਕਦੇ ਹੈਗੇ ਹਾਂ ਖਰਾਬ ਨਹੀਂ ਕਰਨਾ ਚਾਹੀਦਾ ਆਪਣੇ ਤੋਂ ਪਿਆਰ ਦੇ ਨਾਲ ਬੇਟੀ ਨੇ ਪੁੱਛਿਆ ਕਿ ਕਿਹੜਾ ਵਤੀਰਾ ਮੈਂ ਕਰਾਂ ਨਾਨਕਾ ਗੁਣ ਤੱਤ ਸਾਡੇ ਬਾਬਿਆਂ ਨੇ ਤੱਤ ਕਰਕੇ ਦੱਸਤਾ ਉਹਨੂੰ ਪਿਆਰ ਦੇ ਨਾਲ ਵਤੀਰਾ ਆਪਣੇ ਵਿੱਚ ਚੇਂਜ ਨਾ ਕਰੋ ਪਿਆਰ ਦੇ ਨਾਲ ਰਹੋ ਉਹਦੇ ਨਾਲ ਹਲੇਮੀ ਦੇ ਨਾਲ ਵਰਤੋ ਉਹਨੂੰ ਐਸੀ ਕੋਸ਼ਿਸ਼ ਦਿਓ ਕਿ ਉਹ ਆਪਣਾ ਜਿਹੜਾ ਵਤੀਰਾ ਉਹਨੂੰ ਭੁੱਲ ਕੇ ਤੁਹਾਡੇ ਪਿੱਛੇ ਲੱਗੇ ਤੇ ਜ਼ਿੰਦਗੀ ਸੋਹਣੀ ਬਸਰ ਕਰੋ ਇੱਕੋ ਇੱਕ ਜ਼ਿੰਦਗੀ ਆ ਬੱਚਾ ਆ ਤੁਹਾਡਾ ਬੱਚਾ ਬਹੁਤ ਸੋਰਸ ਹੈਗਾ ਅਟਰੈਕਸ਼ਨ ਦਾ ਆਪਣੇ ਮਾਂ ਬਾਪ ਵਾਸਤੇ ਚੇਂਜ ਵਾਸਤੇ ਬੱਚਾ ਕੈਨ ਡੂ ਦਾ ਲੋਟ ਹਰ ਚੀਜ਼ ਕਰ ਸਕਦਾ ਹੈਗਾ ਬਟ ਦੂਜਾ ਮੈਂ ਜਿਹਨੇ ਪੈਦਾ ਕੀਤਾ ਸੈਲ ਪੱਥਰ ਨੇ ਜਲ ਪਾਇਆ ਵਾਲੀ ਗੱਲ ਹੈ ਰਿਜ ਹਰ ਇੱਕ ਨੂੰ ਦਿੰਦਾ ਹੈਗਾ ਪਰ ਮੈਕਸੀਮਮ ਆਪਣੇ ਪਰਿਵਾਰ ਦੇ ਵਿੱਚ ਇਹ ਆਪਣਾ ਵਤੀਰਾ ਨਾ ਛੱਡਣ ਆਪਣੀ ਕੰਪਨੀ ਗੈਟ ਟੁਗੈਦਰ ਕਰਿਆ ਕਰਨ ਆਪਣੀ ਕੰਪਨੀ ਵੱਧ ਟ੍ਰੈਂਡ ਬਣਾਉਣ ਦੀ ਕੋਸ਼ਿਸ਼ ਕਰਨ ਤੇ ਇੱਕ ਦੂਜੇ ਤੇ ਜਾਣ ਦੀ ਕੋਸ਼ਿਸ਼ ਕਰਨ ਬਾਹਰ ਆਊਟ ਵਿੱਚ ਲੈ ਜਾਣ ਦੀ
ਬਿਲਕੁਲ ਥੈਂਕ ਯੂ ਸੋ ਮਚ ਰਤਨ ਜੀ। ਖਾਸ ਤੌਰ 'ਤੇ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਜ਼ਿੰਦਗੀ ਛੋਟੀ ਜਿਹੀ ਹੈਗੀ, ਉਹਨੂੰ ਇੰਜੋਏ ਕਰੋ। ਵਰਕ ਜਿਹੜਾ ਹੈ ਨਾ, ਕੰਮ ਜਿਹੜਾ ਹੈਗਾ, ਉਹ ਵਸੀਆ ਹੈ ਇੱਕ ਜ਼ਿੰਦਗੀ ਬਿਤਾਉਣ ਦਾ। ਉਹ ਮਤਲਬ ਇਟਸ ਸੈਲਫ ਵਰਕ ਹੀ ਲਾਈਫ ਹੋ ਜਾਏ, ਉਹ ਨਹੀਂ ਹੋਣਾ ਚਾਹੀਦਾ। ਥੈਂਕ ਯੂ ਸੋ ਮਚ ਰਤਨ ਜੀ, ਐਂਡ ਰੀਅਲੀ ਐਪਰੀਸ਼ੀਏਟ। ਆਈ ਹੋਪ ਕਿ ਤੁਹਾਡੀ ਬਹੁਤ ਸੋਹਣੀ ਸਿਹਤ ਹੋਏ ਔਰ ਤੁਸੀਂ ਯੂ ਨੋ ਵਾਹਿਗੁਰੂ ਕਰੇ ਤੁਸੀਂ ਖੁਸ਼ੀਆਂ ਮਾਣੋ। ਲੈਟਸ ਕੁਇਕਲੀ ਟੇਕ ਅਨਦਰ ਕਾਲ। ਹੈਲੋ, ਹਾਂਜੀ ਅਰਵਿੰਦ ਜੀ, ਮੈਂ ਕੋਈ ਹਵਾਈ ਫਾਇਰ ਨਹੀਂ ਕੀਤੇ, ਮੈਂ ਖੁਦ ਆਪਣੇ ਮਾਤਾ ਪਿਤਾ ਤੇ ਤਜਰਬਾ ਕੀਤਾ ਸੀ ਸੈਲਫ ਪਨਿਸ਼ਮੈਂਟ ਵਾਲਾ। ਉਹ ਸ਼ਹਿਰ ਤੇ ਨਹੀਂ ਜਾਂਦੇ ਹੁੰਦੇ ਸੀ, ਮੈਂ ਕਿਹਾ ਵੀ ਤੁਸੀਂ ਜੇ ਸ਼ਹਿਰ ਤੇ ਨਹੀਂ ਜਾਓਗੇ ਮੈਂ ਰੋਜ਼ ਦਾ ਇੱਕ ਨੋਟ ਫੜਾਂਗਾ, ਔਰ ਮੈਂ 3 ਨੋਟ ਫੜੇ। ਉਹ ਚੌਥੇ ਦਿਨ ਉਹਨੇ ਮੈਨੂੰ ਦੁਬਾਰਾ ਮੌਕਾ ਨਹੀਂ ਦਿੱਤਾ, ਚੌਥਾ ਨੋਟ ਨਹੀਂ ਮੇਰਾ ਫਟਿਆ। ਬਹੁਤ ਵਧੀਆ, ਥੈਂਕ ਯੂ। ਔਰ ਉਹ ਸ਼ਹਿਰ ਤੇ ਲਗਾਤਾਰ ਜਾਣ ਲੱਗ ਪਏ। ਥੈਂਕ ਯੂ ਸੋ ਮਚ ਗੁਰਦੀਪ ਜੀ, ਸਮਾਂ ਹੋਰ ਨਹੀਂ ਹੈ, ਅਸੀਂ ਜਾਵਾਂਗੇ ਸ਼ਹਿਰ। ਬਹੁਤ ਵਧੀਆ, ਥੈਂਕ ਯੂ ਸੋ ਮਚ ਗੁਰਦੀਪ ਜੀ, ਔਰ ਬਹੁਤ ਵਧੀਆ ਕਿ ਪਹਿਲੇ ਹੀ ਤੁਸੀਂ ਸਾਨੂੰ ਐਗਜ਼ਾਮਪਲ ਦੇ ਦਿੰਦੇ, ਕਿਉਂਕਿ ਉਹ ਜਿਹੜਾ ਤੁਸੀਂ ਕਿਹਾ ਨਾ ਇਸ ਜਗ੍ਹਾ ਤੇ ਨਹੀਂ ਟੁਕਰਿਆ ਇੰਨਾ ਐਗਰੈਸਿਵ ਹੋਣਾ, ਕਿ ਹਾਲੇ ਉਹ ਬੜੇ ਪਿਆਰ 'ਚ ਨੇ, ਉਹ ਪਿਆਰ ਮੰਗ ਰਹੀ ਹੈ ਅਤੇ ਐਗਰੈਸ਼ਨ ਨਾਲ ਨਹੀਂ ਕਰ ਸਕਦੀ। ਸੋ ਬਹੁਤ ਵਧੀਆ, ਥੈਂਕ ਯੂ ਕਿ ਤੁਸੀਂ ਵਾਪਸ ਕਾਲ ਕਰਕੇ ਆਪਣਾ ਐਕਸਪੀਰੀਅੰਸ ਦੱਸਿਆ ਕਿ ਵੇਅਰ ਯੂ ਵਰ ਕਮਿੰਗ ਫਰੋਮ, ਕਿਸ ਗੱਲ ਪਿੱਛੇ ਤੁਸੀਂ ਇਹ ਗੱਲ ਕਰ ਰਹੇ ਸੀ। ਸੋ ਬਹੁਤ ਇੰਪੋਰਟੈਂਟ ਹੈ, ਕਈ ਵਾਰੀ ਯੂ ਨੋ ਵਿੱਚੋਂ ਦੀ ਗੱਲ ਅਸੀਂ ਸੋਚਦੇ ਹਾਂ ਕਿ ਟਾਈਮ ਘੱਟ ਹੈ ਅਤੇ ਆਪਣੀ ਗੱਲ ਕਹਿ ਜਾਂਦੇ ਹਾਂ, ਜਿਹੜਾ ਕਿ ਡੈਫੀਨੇਟਲੀ ਗੁਰਦੀਪ ਜੀ ਨੇ ਸੋਚਿਆ ਹੋਣਾ ਕਿ ਇੰਨਾ ਟਾਈਮ ਨਹੀਂ ਹੈ ਕਿ ਮੈਂ ਸਾਰਾ ਕੁਛ ਐਕਸਪਲੇਨ ਕਰਾਂ, ਪਰ ਬੜਾ ਜ਼ਰੂਰੀ ਹੈ ਸਾਨੂੰ ਅੰਡਰਸਟੈਂਡ ਕਰਨਾ ਕਿ ਵਟ ਵੇਅਰ ਆਰ ਯੂ ਕਮਿੰਗ ਫਰੋਮ, ਬਿਕੋਜ਼ ਇਸ ਸਿਚੁਏਸ਼ਨ ਦੇ ਵਿੱਚ ਉਸ ਤਰ੍ਹਾਂ ਦਾ ਜਿਹੜਾ ਸੈਲਫ ਪਨਿਸ਼ਮੈਂਟ ਤੁਸੀਂ ਕਿਹਾ ਉਹ ਬੜਾ ਐਗਰੈਸਿਵ ਰਿਐਕਸ਼ਨ ਹੈ, ਔਰ ਅਸੀਂ ਸੋਚ ਰਹੇ ਹਾਂ ਕਿ ਇਸ ਵੇਲੇ ਰਿਐਕਸ਼ਨ ਨਹੀਂ ਚਾਹੀਦਾ, ਯੂ ਨੋ ਇੱਕ ਰਿਸਪੋਂਸ ਚਾਹੀਦਾ, ਇੱਕ ਪੋਜ਼ਿਟਿਵ ਲਵਿੰਗ ਰਿਸਪੋਂਸ ਚਾਹੀਦਾ, ਉਹ ਰਿਸਪੋਂਸ ਚਾਹੀਦਾ ਜਿਹਦੇ 'ਚ ਤੁਸੀਂ ਯੂ ਨੋ ਕਹਿ ਸਕਦੇ ਹੋ ਕਿ ਹਾਂ ਮੈਂ ਕੀ ਕਰਨਾ, ਮੇਰੇ ਵੱਲੋਂ ਦੇਖਾਂ ਮੈਂ ਕੀ ਕਰਨਾ। ਸੋ ਲਿਸਨ ਕਰੋ ਉਹਨਾਂ ਦੀ, ਉਹ ਵੀ ਕਿਉਂਕਿ ਕਿੱਥੇ ਜਾਣਗੇ, ਕਹਿੰਦੇ ਆ ਨਾ ਕਿ ਕੰਮ ਦੀ ਗੱਲ ਨਾ ਘਰ ਨਾ ਲੈ ਕੇ ਆਇਆ ਕਰੋ, ਪਰ ਥੋੜ੍ਹੀ ਦੇਰ ਜ਼ਰੂਰ ਰੱਖ ਸਕਦੇ ਹਾਂ, 15 ਮਿੰਟ, ਅੱਧਾ ਘੰਟਾ, ਡਿਪੈਂਡਿੰਗ ਕੀ ਸਿਚੁਏਸ਼ਨਸ ਹੈ, ਕਿ ਉਹ ਵੈਂਟ ਕਰੇ, ਬੰਦਾ ਆਪਣਾ ਵੈਂਟ ਕਰੇ ਕਿ ਮੇਰੇ ਇਹ ਚੱਲ ਰਿਹਾ, ਉਹ ਚੱਲ ਰਿਹਾ, ਐਂਡ ਫਿਰ ਉਸ ਤੋਂ ਬਾਅਦ ਤੁਸੀਂ ਸਲੋਲੀ ਉਹਨਾਂ ਨੂੰ ਪੋਜ਼ਿਟਿਵ ਯੂ ਨੋ ਸਟਰੈਂਥ ਇੱਕ ਤਰ੍ਹਾਂ ਨਾਲ ਇੰਪਾਵਰ ਕਰਕੇ ਫਿਰ ਤੁਸੀਂ ਉਸ ਤੋਂ ਹਟਾ ਸਕਦੇ ਹੋ ਕਿ ਹਾਂ ਕੰਮ ਦੀ ਗੱਲ ਹੁਣ ਹੋ ਗਈ, ਹੁਣ ਅਸੀਂ ਇੰਜੋਏ ਕਰੀਏ। ਸੋ ਜਿਵੇਂ ਰਤਨ ਜੀ ਨੇ ਕਿਹਾ ਕਿ ਬਹੁਤ ਜ਼ਰੂਰੀ ਹੈ ਕਿ ਇਹ ਅਹਿਸਾਸ ਹੋਏ ਇਸ ਕਪਲ ਨੂੰ ਵੀ, ਗੁੱਸੇ ਨਾਲ ਆਰਗੂਮੈਂਟ ਨਾਲ ਇਹ ਗੱਲ ਸਿਚੁਏਸ਼ਨ ਨਹੀਂ ਮੈਨੂੰ ਲੱਗਦਾ, ਕਿ ਹਰ ਵੇਲੇ ਤੁਹਾਨੂੰ ਦਿਮਾਗ 'ਚ ਵੀ ਕੰਪਲੇਨ ਰਹੇ ਕਿ ਹਾਏ ਕੰਮ ਕਰਦਾ ਮੈਨੂੰ ਪ੍ਰਾਇਰਟਾਈਜ਼ ਨਹੀਂ ਕਰ ਰਿਹਾ, ਯੂ ਨੋ ਉਹਨੂੰ ਕੰਮ ਦੀ ਜ਼ਿਆਦਾ ਪ੍ਰਾਇਰਟੀ ਹੈ ਮੇਰੇ ਨਾਲੋਂ, ਇਹ ਮਨ 'ਚ ਵੀ ਰੱਖਣਾ ਉਹ ਵੀ ਨਹੀਂ ਠੀਕ ਹੋਏਗਾ, ਉਹ ਵੀ ਹੈਲਦੀ ਨਹੀਂ ਹੈ ਰਿਲੇਸ਼ਨਸ਼ਿਪ ਵਾਸਤੇ। ਸੋ ਬੈਟਰ ਹੈ ਕਿ ਤੁਸੀਂ ਪਹਿਲੇ ਦੇਖੋ ਕਿ ਉਹ ਕਿੱਥੋਂ ਆ ਰਹੇ ਨੇ, ਐਂਡ ਛੋਟੀਆਂ ਛੋਟੀਆਂ ਚੀਜ਼ਾਂ ਆਪ ਜਿਵੇਂ ਪਹਿਲੇ ਕਿਹਾ ਸੀ ਅਸੀਂ ਕਿ ਥੋੜ੍ਹੀ ਪਾਰਟ ਟਾਈਮ ਜੋਬ ਲਓ, ਉਹ ਪਹਿਲੇ ਉਹਨਾਂ ਦੀ ਗੱਲ ਸੁਣੋ, ਫਿਰ ਰਿਫਲੈਕਟ ਕਰੋ ਇਕੱਠੇ, ਯੂ ਨੋ ਇੱਕ ਦੂਜੇ ਨੂੰ ਇੰਪਾਵਰ ਕਰੋ, ਔਰ ਉਹਨਾਂ ਨੂੰ ਕਿਸੇ ਤਰ੍ਹਾਂ ਬੇਸਿਕਲੀ ਇੰਗੇਜ ਕਰਨਾ ਕੀ ਹੋਏਗਾ, ਕੁੜੀ ਦੇ ਥਰੂ, ਕਿਤੇ ਬਾਹਰ ਲੈ ਕੇ ਜਾਣ ਦੇ ਥਰੂ, ਕੋਈ ਹੋਰ ਐਕਸਟਰਾ, ਕੋਈ ਐਸਾ ਜਿਹੜਾ ਤੁਹਾਨੂੰ ਪਤਾ ਕਿ ਉਹਨਾਂ ਨੂੰ ਫਲਾਣਾ ਬਾਲੀਵੁੱਡ ਐਕਟਰ ਪਸੰਦ ਹੈ, ਉਹਦਾ ਸ਼ੋਅ ਬੁੱਕ ਕਰਾ ਲਿਆ, ਤਾਂ ਕਿ ਕੰਮ ਦੇ ਇਲਾਵਾ ਕੁਛ ਕੁਛ ਉਹਨਾਂ ਨੂੰ ਜਾਣ, ਤਾਂ ਕਿ ਉਹ ਕੰਮ ਵੱਲੋਂ ਸਟ੍ਰੈਸ ਘੱਟ ਹੋਏ, ਐਂਡ ਫਿਰ ਯੂ ਨੋ ਤੁਹਾਡੀ ਵੀ ਗੱਲ ਪੂਰੀ ਹੋ ਜਾਏਗੀ। ਅੱਜ ਵਾਸਤੇ ਇੰਨਾ ਹੀ, ਐਂਡ ਥੈਂਕ ਯੂ ਸੋ ਮਚ, ਕੰਗਰੈਚੁਲੇਸ਼ਨਸ ਫੋਰ ਦਿਸ 13th ਐਨਵਰਸਰੀ ਆਫ ਜਸ ਪੰਜਾਬੀ, ਅਸੀਂ ਸਾਰੇ ਇਕੱਠੇ ਹੀ ਇਸ ਨੂੰ ਇਸ ਮੁਕਾਮ ਤੱਕ ਪਹੁੰਚਾਇਆ। ਸੋ ਅੱਜ ਵਾਸਤੇ ਇੰਨਾ ਹੀ, ਕੱਲ੍ਹ ਫਿਲਹਾਲ ਫਿਰ ਮੁਲਾਕਾਤ ਹੁੰਦੀ ਹੈ, ਸਤਿ ਸ਼੍ਰੀ ਅਕਾਲ।